ਪਰ ਨਹੀਂ ਹੁਣ ਉਹੀ ਹੈ, ਇੱਕ ਕੇਜਰੀਵਾਲ, ਇੱਕ ਦੋ ਸੀਐਮ ਬਣਾਏ ਨੇ, ਉਹਨਾਂ ਦੋਨਾਂ ਦਾ ਵੱਡਾ ਭਰਾ ਹੈਗਾ, ਆਤਿਸ਼ੀ ਦਾ ਵੀ ਵੱਡਾ ਭਰਾ ਆ, ਭਗਵੰਤ ਮਾਨ ਦਾ ਵੀ ਵੱਡਾ ਭਰਾ ਆ, ਤੇ ਇਹ ਤਾਂ ਉਹਦੇ ਭੱਜੇ ਜਾਂਦੇ ਨੇ ਜਦੋਂ ਕੋਈ ਗੱਲ ਹੁੰਦੀ, ਛਿੱਕ ਵੀ ਮਾਰਦਾ, ਤੇ ਉਹ ਵੱਡਾ ਭਰਾ ਹੁੰਦੇ ਉਹਦੇ ਵੀ ਹਾਲ ਵੀ ਨਾ ਪੁੱਛੇ, ਟਵਿੱਟਰ ਤੇ ਕੋਈ ਪੋਸਟ ਵੀ ਨਾ ਪਾਏ ਵੀ ਵੈਲ ਵਿਸ਼ਸ ਹੀ ਦੇ ਦੇਵੇ। ਉਧਰੋਂ ਜਿਹੜੀ ਭੈਣ ਬਣਾਈ ਆਤਿਸ਼ੀ, ਉਹ ਤੋਂ ਪੈਰੀ ਹੱਥ ਲਵਾਉਂਦਾ, ਪਬਲਿਕਲੀ ਸ਼ਰਮ ਨਹੀਂ ਆਉਂਦੀ ਇਸ ਵਿੱਚ ਬੰਦੇ ਨੂੰ? ਮੈਂ ਕਹਿੰਦਾ ਵੀ ਕਲਚਰ ਜਿਹੜਾ ਆ ਇਹ ਕੋਈ ਸਟੈਟਿਕ ਨਹੀਂ ਗਾ, ਇਹ ਵੀ ਇਵੋਲਵ ਕਰਦਾ। ਆਪਾਂ ਚੇਤਨਾ ਦੀ ਗੱਲ ਕਰਦੇ ਹਾਂ ਨਾ, ਚੇਤਨਾ ਜਿਹੜੀ ਆ ਉਹਨੇ ਸਾਡੇ ਕਲਚਰ ਨੂੰ ਵੀ ਬਦਲਣਾ। ਸਾਡਾ ਕਲਚਰ ਉਹ ਜਿਹੜਾ ਭੀੜ ਕਲਚਰ ਆ ਨਾ, ਅਤੇ ਉਹ ਜਿਹੜਾ ਫਾਰਮੈਲਿਟੀ ਕਲਚਰ ਆ, ਵੀ ਉਹ ਜਿਹੜਾ ਨਾ ਇਹ ਬਣਦਾ ਜਾਂਦਾ ਜੀ, ਇਹ ਉਹ ਭਾਵੇਂ ਉਹ ਗੱਲ ਠੀਕ ਆ ਜੀ, ਨਹੀਂ ਨਹੀਂ ਜੀ ਬਣਦਾ ਜਾਂਦਾ, ਹਸਪਤਾਲ ਜਾਣਾ ਹੀ ਜ਼ਰੂਰ ਆ ਜੀ, ਭਾਵੇਂ ਅਗਲਾ ਜਿਹੜਾ ਨਾ ਉਹਦਾ ਨੁਕਸਾਨ ਹੀ ਹੁੰਦਾ, ਫਿਰ ਨਹੀਂ ਜੀ ਜਾਣਾ ਚਾਹੀਦਾ, ਜਾਣਾ ਉੱਥੇ ਚਾਹੀਦਾ, ਬਣਦਾ ਬਣਦਾ ਹੈਗਾ। ਸੋ ਜੀ ਕਲਚਰ ਦੇ ਵਿੱਚ ਜਿਹੜੀਆਂ ਆਪਾਂ ਕਹਿ ਰਹੇ ਹਾਂ ਵੀ ਸਾਡਾ ਕਲਚਰ ਦੇ ਵਿੱਚ ਬੜੇ ਗੁਣ ਨੇ, ਪਰ ਇਹਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਪਡੇਟ ਕਰਨ ਦੀ ਲੋੜ ਆ। ਚੇਤਨਾ ਜਿਹੜੀ ਆ ਉਹਨਾਂ ਨੂੰ ਉਹ ਇੰਪਰੂਵ ਕਰ ਰਹੀ ਹੈ। ਸੋ ਚੇਤਨਾ ਜਿਹੜੀ ਆ ਸਾਡੇ ਕਲਚਰ ਵਿੱਚ ਵੀ ਤਾਂ ਇਫੈਕਟ ਕਰੇਗੀ ਨਾ ਚੀਮਾ ਸਾਹਿਬ। ਸੋ ਕਲਚਰ ਨੂੰ ਵੀ ਦੇ ਵਿੱਚ ਜੇ ਜਿਹੜਾ ਭੀੜ ਤੰਤਰ ਆ ਉਹਨੂੰ ਵੀ ਚੇਤਨਾ ਜਿਹੜੀ ਆ ਹਟਾਵੇਗੀ ਨਾ, ਵੀ ਜੇ ਹਸਪਤਾਲ 'ਚ ਚਲਾ ਗਿਆ ਬੰਦਾ ਤੇ ਕੋਈ ਆਖਰ ਨਹੀਂ ਆ ਗਈ, ਉਹ ਉੱਥੇ ਉਹਦਾ ਧਿਆਨ ਰੱਖ ਰਹੇ ਨੇ, ਉਹ ਜਦੋਂ ਠੀਕ ਹੋ ਗਿਆ ਘਰ ਆ ਜਾਏਗਾ ਫਿਰ ਪਾ ਲਿਓ ਜੱਫੀਆਂ ਉਹਨਾਂ ਨੂੰ ਜਿੰਨੇ ਮਿਲਦੇ। ਤੁਸੀਂ ਡਾਕਟਰਾਂ ਤੋਂ ਬਾਅਦ ਕੀ ਉਹਦੇ ਲਈ ਲੈ ਕੇ ਜਾਓਗੇ ਜਿਹਦੇ ਨਾਲ ਉਹਦੀ ਸਿਹਤ ਠੀਕ ਹੋ ਜਾਏਗੀ? ਤੁਸੀਂ ਉਹਦੀ ਸਿਹਤ ਦੇ ਵਿੱਚ ਉਹਦੀ ਉਹਦੀ ਰਿਕਵਰੀ ਦੇ ਵਿੱਚ ਵਿਘਨ ਪਾਉਣ ਚੱਲੇ ਹੋ ਕਿ ਉਹਦੀ ਮਦਦ ਕਰਨ ਚੱਲੇ ਹੋ? ਜੇ ਉਹਦੀ ਮਦਦ ਕਰਨ ਚੱਲੇ ਹੋ ਤਾਂ ਫਿਰ ਆਪਣੇ ਘਰ ਬੈਠੇ ਰਹੋ ਤੇ ਦੁਆ ਕਰੋ ਵੀ ਉਹ ਠੀਕ ਠਾਕ ਹੋ ਗਏ ਤੇ ਘਰ ਆਓ। ਪ੍ਰਗਟ ਸਿੰਘ ਹੋਣੀ ਬੜੇ ਸਿਆਣੇ ਸੂਝਵਾਨ ਬੰਦੇ ਨੇ, ਖਿਡਾਰੀ ਨੇ, ਤੇ ਉਹ ਉਹਨਾਂ ਦੀ ਜਿਹੜੀ ਟਾਈਮਿੰਗ ਦੀ ਚੋਣ ਹੈ ਜਿਹੜੀ ਨਾ ਉਹ ਬੜੀ ਪਰਫੈਕਟ ਸੀ। ਔਰ ਉਹ ਵੀ ਉਦੋਂ ਗਏ ਜਦੋਂ ਬੁਲੇਟਿਨ ਮੈਡੀਕਲ ਹਸਪਤਾਲ 'ਚ ਵੀ ਹੋਣੇ ਸ਼ੁਰੂ ਹੋ ਗਏ ਕਿ ਟੈਸਟ ਜਿਹੜੇ ਆ ਬਿਲਕੁਲ ਠੀਕ ਠਾਕ ਨੇ ਔਰ ਹੀ ਸਟੇਬਲ, ਅਤੇ ਉਹ ਕਿਸੇ ਵੇਲੇ ਘਰ ਜਾ ਸਕਦੇ ਨੇ। ਅਤੇ ਉਹ ਹੋ ਸਕਦਾ ਜੇ ਉਦੋਂ ਪਹਿਲਾਂ ਉਹ ਕੋਸ਼ਿਸ਼ ਕਰਦੇ, ਜਦੋਂ ਹਾਲੇ ਉਹ ਟੈਸਟ ਹੀ ਹੋ ਰਿਹਾ ਸੀ ਅਤੇ ਪਤਾ ਨਹੀਂ ਸੀ ਲੱਗ ਰਿਹਾ ਕੋਈ ਗੱਲ ਕੀ ਹੈ, ਉਦੋਂ ਪ੍ਰਗਟ ਸਿੰਘ ਕੋਸ਼ਿਸ਼ ਕਰਦੇ ਤਾਂ ਉਹਨਾਂ ਨੂੰ ਵੀ ਉੱਥੇ ਨਾ ਜਾਣ ਦਿੱਤਾ ਜਾਂਦਾ, ਕਿਉਂਕਿ ਉਹਨਾਂ ਨੂੰ ਕਿਸੇ ਨੇ ਮਨਾਈ ਵਾਸਤੇ ਨਹੀਂ ਆਖਿਆ ਹੋਣਾ ਵੀ ਨਹੀਂ ਤੁਸੀਂ ਉੱਥੇ ਜਾ ਨਹੀਂ ਸਕਦੇ। ਅਤੇ ਜੇ ਪਾਰਟੀ ਦਾ ਡਿਸਿਪਲਿਨ ਸੀ ਕਿ ਆਪਾਂ ਜਿਹੜਾ ਨਾ ਇਹ ਉੱਥੇ ਵੇਖੋ, ਸਾਡਾ ਕਲਚਰ ਹੈ ਜਿਹੜਾ ਨਾ ਉਹਦੇ 'ਚ ਬੜੇ ਗੁਣ ਨੇ ਹੈਗੇ, ਪਰ ਉਹਦੇ 'ਚ ਔਗਣ ਵੀ ਬੜੇ ਨੇ ਕਿ ਅਸੀਂ ਭੀੜ ਬੜੀ ਛੇਤੀ ਬਣਾ ਲੈਂਦੇ। ਜੇ ਕਿਤੇ ਐਕਸੀਡੈਂਟ ਵੀ ਹੋਇਆ ਹੋਵੇ ਤਾਂ ਜਿਸ ਬੰਦੇ ਨੂੰ ਉੱਥੇ ਮਦਦ ਦੀ ਜਾਂ ਹਵਾ ਦੀ ਲੋੜ ਹੁੰਦੀ ਆ, ਤਾਜ਼ੀ ਹਵਾ ਦੀ, ਉਹਦੇ ਦੁਆਲੇ ਅਸੀਂ ਘੇਰਾ ਘਾਤਕ ਪੈ ਜਾਂਦੇ ਹਾਂ। ਜੇ ਉਹਨੇ ਬੰਦੇ ਨੇ ਬਚਣਾ ਵੀ ਹੋਵੇ ਨਾ ਤਾਂ ਉਹ ਉਹਦੇ ਚਾਂਸ ਜਿਹੜੇ ਨੇ ਉਹ ਖਤਮ ਹੋ ਜਾਂਦੇ ਆ। ਸੋ ਸਾਡਾ ਜਿਹੜਾ ਇਹ ਕਲਚਰ ਹੈ ਨਾ ਕਿ ਜੇ ਕੋਈ ਹਸਪਤਾਲ ਚਲਾ ਗਿਆ ਤਾਂ ਉੱਥੇ ਜਾਣਾ ਸ਼ੁਰੂ ਕਰ ਦਿਓ, ਔਰ ਇਕੱਲਾ ਬੰਦਾ ਨਹੀਂ ਜਾਂਦਾ ਫਿਰ ਹੁਣ ਜਿਸ ਤਰ੍ਹਾਂ ਇਹਨਾਂ ਨੇ ਜਾਣਾ ਸੀ, ਜਿਹਨਾਂ ਨੇ ਇਹਨਾਂ ਦੇ ਸਾਰੇ ਅਮਲਾ ਫੈਲਾਂ ਨੇ ਵੀ ਜਾਣਾ ਸੀ, ਸਾਰਾ ਕੋਈ ਜਾਣਾ ਸੀ। ਸੋ ਹੋ ਸਕਦਾ ਹੈ ਕਿ ਉਹਦੇ 'ਚ ਚੰਗੀ ਗੱਲ ਇਹ ਹੋਈ ਹੈ ਕਿ ਪ੍ਰਗਟ ਸਿੰਘ ਲੀਡ ਲੈ ਗਏ ਔਰ ਹੀ ਪਿਕ ਦਾ ਟਾਈਮਿੰਗ ਪਰਫੈਕਟ ਔਰ ਉੱਥੇ ਪਹਿਲਾਂ ਚਲੇ ਗਏ। ਹੋ ਸਕਦਾ ਸੀ ਕਿ ਜੇ ਪ੍ਰਗਟ ਸਿੰਘ ਨਾ ਵੀ ਜਾਂਦੇ ਤਾਂ ਹੁਣ ਜਿਹੜੇ ਉਦੋਂ ਬਾਅਦ ਜਿਹਦੇ ਤੁਸੀਂ ਆਉਂਦੇ ਹੋ ਕਿ ਉਹ ਲਾਈਨ ਲੱਗ ਗਈ, ਸਾਰੇ ਗਏ ਨੇ, ਉਹ ਇਸ ਕਰਕੇ ਗਏ ਨੇ ਕਿਉਂਕਿ ਪ੍ਰਗਟ ਸਿੰਘ ਪਹਿਲਾਂ ਗਏ ਸੀ। ਮੈਂ ਸਮਝਦਾ ਕਿ ਜੇ ਪ੍ਰਗਟ ਸਿੰਘ ਨਾ ਵੀ ਜਾਂਦੇ ਨਾ ਤਾਂ ਟਾਈਮਿੰਗ ਵਾਜ਼ ਆਫ ਦੀ ਐਸੈਂਸ ਕਿ ਹੁਣ ਉੱਥੇ ਸਾਰਿਆਂ ਨੇ ਜਾਣਾ ਸੀ ਔਰ ਉਹਨਾਂ ਨੇ ਜਾਣਾ ਵੀ ਸੀ। ਥੈਂਕ ਯੂ। Welcome to all our NRI Press Club team, member and associates. I'm your host, Harpreet Singh from Los Angeles, California. Let me introduce our team associates from top left to right. Gary Singh Garewal, Master Degree Engineer,
He also serving in the NRI press for the last 25 years. Now he is settled in Los Angeles, California. Farinder Cheema ji, lawyer ne BSc Medical, LLB, M Education and PhD in Sports Psychology, A belong karde ji Windsor, Toronto, Canada. Sardar Peshawar Singh Tillon ji, architect ne, education ne and community activist ne. He was the master degree of the landscape from the London University. He also write and sing about the various variety of the social issues. A belong karde ji Fresno, California se. So ਅਸੀਂ ਅੱਜ ਗੱਲ ਕਰਾਂਗੇ ਸੀਐਮ ਭਗਵੰਤ ਮਾਨ ਜੀ ਦੇ ਉੱਤੇ। ਸੀਐਮ ਭਗਵੰਤ ਮਾਨ ਜੀ ਦੀ ਕਾਫੀ ਇੱਕ ਹੈੱਡ ਨਿਊਜ਼ ਬਣੀ ਆ ਕਿ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਔਰ ਤਬੀਅਤ ਖਰਾਬ ਹੋਣ ਤੇ ਵੱਖ ਵੱਖ ਜਿਹੜੇ ਇਸ਼ੂਜ਼ ਅਰੇਜ਼ ਹੋਏ, ਕਿਉਂਕਿ ਇੱਕ ਸੀਐਮ ਹੈ ਸਾਡੇ ਮਤਲਬ ਕਿ ਪੰਜਾਬ ਦੇ ਔਰ ਉਹਨਾਂ ਦੀ ਸਿਹਤ ਦੇ ਵਿੱਚ ਜੋ ਵੀ ਗਿਰਾਵਟ ਹੋਈ ਜਾਂ ਉਹਨੂੰ ਅਪ ਹੋਣਾ, ਇੱਕ ਸਾਡੇ ਵਿਅਕਤੀਗਤ ਹੋਣ ਦੇ ਉੱਤੇ ਹਰ ਇੱਕ ਨੂੰ ਚਿੰਤਾ ਵੀ ਹੁੰਦੀ ਆ ਵੀ ਸਾਡੇ ਸੀਐਮ ਨੇ ਔਰ ਉਹਨਾਂ ਦਾ ਇੱਕ ਬੜਾ ਇੰਟਰਸਟਿੰਗ ਪਾਰਟ ਇੱਕ ਆਇਆ ਵੀ ਪਾਰਟੀ ਦੇ ਵੱਲੋਂ ਜਾਂ ਉਹਨਾਂ ਨੂੰ ਨਾ ਦੇਖਣਾ ਜਾ ਕੇ ਇਮੀਡੀਏਟਲੀ, ਔਰ ਇੱਕ ਆਪੋਜਿਟ ਪਾਰਟੀ ਦੇ ਵੱਲੋਂ ਜਾ ਕੇ ਪ੍ਰਗਟ ਸਿੰਘ ਵੱਲੋਂ ਉਹਨਾਂ ਨੂੰ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛਣਾ, ਔਰ ਇਹ ਬੜਾ ਜਿਹੜਾ ਕੁਸ਼ਚਨ ਹੈ ਜਾਂ ਉਹਨਾਂ ਦੇ ਜਾਣਾ ਇਹ ਥੋੜਾ ਪੋਲੀਟੀਕਲ ਲੈਵਲ ਤੇ ਇਹ ਘੇਰੇ ਦੇ ਵਿੱਚ ਆਉਣਾ, ਔਰ ਬਾਕੀ ਗੱਲਾਂ ਜਿਹੜੀਆਂ ਉਹਨਾਂ ਦੇ ਇਰਦ ਗਿਰਦ ਘੁੰਮਦੀਆਂ ਰਹੀਆਂ, ਉਹਨਾਂ ਦਾ ਕੀ ਮਕਲ ਕੀ ਤਲਕ ਵਾਸਤਾ ਹੈ ਇਹਨਾਂ ਦੀ ਸਿਹਤ ਦੇ ਨਾਲ, ਔਰ ਜਾਂ ਇੱਕ ਜਿਹੜੀ ਸੀਐਮ ਸਾਹਿਬ ਦੀ ਸਿਹਤ ਹੈ ਜਾਂ ਉਹਨਾਂ ਦੇ ਕਨਵੀਨਰ ਨੇ, ਉਹਨਾਂ ਦੇ ਵੀ ਜੋ ਕੁਝ ਪਾਰਟ ਨੇ ਜਿਹੜੇ ਇਲੈਕਸ਼ਨ ਦਾ ਪਾਰਟ ਹੈ ਹਰਿਆਣਾ ਦੇ ਵਿੱਚ ਜਾਣਾ ਔਰ ਸੀਐਮ ਮਾਨ ਦਾ ਹਾਲ ਜਿਹੜਾ ਉਹ ਨਾ ਇਮੀਡੀਏਟਲੀ ਪੁੱਛਣਾ, ਸੋ ਇਹ ਗੱਲਾਂ ਜਿਹੜੀਆਂ ਸਭ ਘੇਰੇ ਜੇ ਹੋਈਆਂ। ਸੋ ਫਸਟ ਆਫ ਆਲ ਮੈਂ ਸਟਾਰਟ ਕਰਦਾ ਹਰਿੰਦਰ ਚੀਮਾ ਜੀ। ਚੀਮਾ ਸਾਹਿਬ, ਥੈਂਕ ਯੂ ਹਰਪ੍ਰੀਤ ਜੀ, ਸਾਰੇ ਪੈਨਲ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ, ਸੁਣਨ ਵਾਲੇ ਨੂੰ, ਦੇਖਣ ਵਾਲਿਆਂ ਨੂੰ ਵੀ। ਹਰਪ੍ਰੀਤ ਜੀ, ਗੱਲ ਇਹ ਕਹਾਵਤ ਹੁੰਦੀ ਜਿਹੜਾ ਦੂਜਿਆਂ ਦੇ ਕਹਿੰਦੇ ਰਸਤੇ ਕੰਡੇ ਕੁੰਡੇ ਬੀਜਦਾ ਤੇ ਉੱਥੋਂ ਕਈ ਵਾਰ ਉਹਨੂੰ ਆਪ ਵੀ ਲੰਘਣਾ ਪੈ ਜਾਂਦਾ। ਹੁਣ ਸਿਹਤ ਦੀ ਜਿੱਥੋਂ ਤੱਕ ਗੱਲ ਹੈ, ਉਹ ਤਾਂ ਕੋਈ ਵੀ ਬੰਦਾ ਬਿਮਾਰ ਹੋ ਸਕਦਾ, ਕਿਸੇ ਤਰ੍ਹਾਂ ਦਾ ਵੀ ਹੋ ਸਕਦਾ, ਉਹਦੀ ਸਿੰਪਥੀ ਉੱਥੇ ਹੋਣੀ ਚਾਹੀਦੀ ਹੈਗੀ ਹੈ। ਪਰ ਇੱਥੇ ਇਕੱਲੀ ਸਿਹਤ ਦਾ ਇਸ਼ੂ ਨਹੀਂ ਹੈਗਾ, ਉਹ ਬਿਮਾਰ ਹੋਏ ਜਾਂ ਹੁਣ ਠੀਕ ਹੋ ਕੇ ਆ ਗਏ, ਉਹਦੇ ਨਾਲ ਜਿਹੜੀ ਸਿਆਸਤ ਜੁੜੀ ਹੋਈ ਹੈ ਕਿ ਬਿਮਾਰੀ ਉਹਨਾਂ ਨੂੰ ਕਿਹੜੇ ਕਾਰਨਾਂ ਕਰਕੇ ਸੀ, ਕੀ ਸੀ ਵਾਕਈ, ਉਹ ਕੋਈ ਫਿਜ਼ੀਕਲ ਸੀਰੀਅਸ ਉਸ ਤਰ੍ਹਾਂ ਦੀ ਸੀ ਜਾਂ ਫਿਰ ਜਿਹੜੇ ਉਹਨਾਂ ਨੂੰ ਕਰੰਟ ਜਿਹੜੇ ਸਟ੍ਰੈਸ ਮਿਲੇ ਹੋਏ ਨੇ ਉਹਨਾਂ ਕਰਕੇ ਹੋ ਗਈ ਸੀ, ਜਿਹੜੇ ਇਮੀਡੀਏਟ ਸਟ੍ਰੈਸ ਸੀ, ਆਪਾਂ ਲਾਸਟ ਟਾਈਮ ਵੀ ਕਿਹਾ ਸੀ ਦੈਟ ਵਾਜ਼ ਜਸਟ ਲਾਈਕ ਸ਼ੌਕਿੰਗ। ਉਹਦੇ ਬਾਅਦ ਸੀ ਜਿਹੜੇ ਮੈਂ ਕੰਡੇ ਬੀਜਣ ਵਾਲੀ ਗੱਲ ਕੀਤੀ ਸੀ, ਜਦੋਂ ਆਪਾਂ ਬਿਨਾਂ ਕਾਰਨ ਤੋਂ ਜਾਂ ਲੱਗਦਾ ਵੀ ਆਪਣੇ ਜਿਹੜਾ ਜਿਹੜਾ ਵੀ ਵਿਰੋਧੀ ਇਕੱਠਾ ਹੁੰਦਾ ਵੱਡਾ ਹੁੰਦਾ ਦਿਸਦਾ ਤੇ ਆਪਾਂ ਉਹਨੂੰ ਛਾਂਗੀ ਚੱਲੀਏ, ਜਾਂ ਜੇ ਆਪਾਂ ਨਹੀਂ ਕਰਦੇ ਤੇ ਜੇ ਕੋਈ ਉੱਪਰੋਂ ਹਾਈ ਕਮਾਂਡ ਵੀ ਉਹਨੂੰ ਛਾਂਦੀ ਹੈ ਪਾਸੇ ਕਰਦੀ ਹੈ ਤੇ ਉਦੋਂ ਅਸੀਂ ਚੁੱਪ ਰਹਿੰਦੇ ਹਾਂ। ਉਹ ਹਾਲ ਇੱਕ ਹੱਦ ਤੱਕ ਤਾਂ ਦਿਖਾ ਦਿੱਤਾ ਭਗਵੰਤ ਮਾਨ ਨੂੰ ਉਹਦੀ ਹਾਈ ਕਮਾਂਡ ਨੇ ਵੀ ਭਾਈ ਤੇਰਾ ਤਾਂ ਕੋਈ ਹਾਲ ਪੁੱਛਣ ਵੀ ਨਹੀਂ ਆਇਆ, ਤੂੰ ਕਿਹੜੇ ਸਿਰ ਤੇ ਲੜੇਗਾ, ਜੇ ਤੈਨੂੰ ਲਾ ਕੇ ਪਾਸੇ ਵੀ ਕਰ ਦਈਏ ਤੇ ਤੇਰੇ ਨਾਲ ਕੋਈ ਨਹੀਂ ਹੈਗਾ। ਜਿਵੇਂ ਪਿਛਲੀ ਵਾਰ ਵੀ ਕਿਹਾ ਸੀ ਜਿਸ ਤਰੀਕੇ ਨਾਲ ਬੰਦੇ ਨੂੰ ਜਦੋਂ ਜਲੀਲ ਕਰਨ ਤੇ ਆਏ ਨੇ, ਆਈਸੋਲੇਟ ਕਰਨ ਵਾਸਤੇ, ਉਹਨੂੰ ਬੇਇੱਜ਼ਤ ਕਰਨ ਵਾਸਤੇ, ਮੈਂ ਲਈ ਕਿਹਾ ਸੀ ਕਿ ਉਹਨਾਂ ਦੀ ਸਟ੍ਰੈਟਜੀ ਹੈਗੀ ਕੋਈ ਉਹਨੂੰ ਰਿਮੂਵ ਕਰਨ ਦਾ ਹੋਰ ਕੋਈ ਅਲਟਰਨੇਟਿਵ, ਇਸ ਤਰੀਕੇ ਨਾਲ ਕੰਮ ਆਪ ਕਰਨਾ, ਜੁੱਤੀਆਂ ਖਾਣ ਵਾਸਤੇ ਗਾਲਾਂ ਖਾਣ ਲਈ ਉਹਨੂੰ ਅੱਗੇ ਕੀਤਾ ਹੋਇਆ ਤੇ ਉਹਨੂੰ ਬਦਨਾਮ ਕਰਕੇ ਕਰਨਾ। ਦੂਜੀ ਗੱਲ ਹੈ ਕਿ ਹੁਣ ਚਲੋ ਠੀਕ ਹੈ, ਆਪਣੇ ਆਪਣੇ ਵਿਚਾਰ ਨੇ ਕਿ ਜੀ ਕੇਜਰੀਵਾਲ ਹਾਈ ਕਮਾਂਡ ਹੈਗੀ ਹੈ, ਬੜਾ ਸੁਲਝਿਆ ਪੜ੍ਹਿਆ ਲਿਖਿਆ ਹੰਢਿਆ ਵਰਤਿਆ ਹੈਗਾ ਸਭ ਕੁਛ, ਦਿਮਾਗ ਵੀ ਹੈਗਾ, ਪਰ ਜਿਹੜੀ ਉਹਨਾਂ ਦੀ ਮੈਂ ਵੀ ਕਹਿੰਦਾ ਜਿਹੜੀ ਮਨ ਚ ਬੇਈਮਾਨੀ, ਇੱਕ ਤਾਂ ਲੀਡਰਾਂ ਨੂੰ, ਦੂਜਿਆਂ ਨੂੰ, ਦੂਜਾ ਇਹ ਕਿ ਵੀ ਜਿਹੜੇ ਖੁਦ ਕੀ ਟੌਪ ਕਿਸਮ ਦੀ ਹੋਣਾ ਵੀ
ਓਛਾਪਣ ਵੀ ਕਈ ਵਾਰ ਦਿਖਾਉਂਦੇ। ਇਹੀ ਮੈਂ ਪਹਿਲੀ ਵਾਰ ਵਾਰ ਕਹਿੰਦਾ ਸ਼ਵਾਤੀ ਮਾਲ ਦੇ ਮਾਮਲੇ ਚ ਉਹਨੇ ਇਹੀ ਕੀਤਾ ਸੀ। ਉਹਦੇ ਕੋਲੋਂ ਇੱਕ ਵਾਰ ਇਹ ਚੀਜ਼ ਬਰਦਾਸ਼ਤ ਹੈ ਵੀ ਉਹਨੇ ਮੈਨੂੰ ਰਾਜ ਸਭਾ ਦੀ ਇਹਨੂੰ ਸੀਟ ਛੱਡਣ ਲਈ ਕਿਹਾ ਤੇ ਉਹਨੇ ਮਨਾ ਕੀਤਾ ਤੇ ਉਹ ਡਿਸਕਸ ਕਰਨ ਵੀ ਆਈ ਤੇ ਡਿਸਕਸ ਕਰਨ ਦੀ ਬਜਾਏ ਉਹਨੂੰ ਬੰਦਿਆਂ ਤੋਂ ਕਟਵਾ ਕੇ ਬਾਹਰ ਭੇਜ ਦਿੱਤਾ। ਉਹੀ ਹਾਲ ਹੁਣ ਭਗਵੰਤ ਮਾਨ ਦਾ, ਜਦੋਂ ਉਹਨੇ ਆਪਾਂ ਕਹਿੰਦੇ ਹਾਂ ਕਿ ਸੀਐਮ ਜਿਹੜਾ ਕੇਜਰੀਵਾਲ ਜੇਲ੍ਹ ਚ ਸੀ ਤੇ ਉਹਨੇ ਥੋੜੇ ਬਹੁਤੇ ਆਪਣਾ ਸੰਦੀਪ ਪਾਠਕ ਵਗੈਰਾ ਨਾਲ ਉਲਝਿਆ ਹੈਗਾ, ਉਹਨਾਂ ਨੂੰ ਪਾਵਰ ਨਹੀਂ ਸੀ ਲੈਣ ਦਿੱਤੀ ਜਿੰਨਾ ਉਹ ਡੋਮੀਨੇਟ ਕਰਨਾ ਚਾਹੁੰਦੇ ਸੀ, ਐਮ ਐਲ ਏ ਦੀਆਂ ਮਿਨਿਸਟਰਾਂ ਦੀਆਂ ਮੀਟਿੰਗਾਂ ਉਹ ਲੈ ਰਹੇ ਸੀ, ਇਹਨੂੰ ਬਾਹਰ ਕਹਿੰਦੇ ਸੀ ਵੀ ਇਲੈਕਸ਼ਨ ਤੋਂ ਇਹ ਬਾਹਰ ਹੈ, ਅਸੀਂ ਆਪੇ ਸਾਰਾ ਪ੍ਰੋਗਰਾਮ ਉਹ ਕਰ ਰਹੇ ਸੀ ਤੇ ਇਹਨੇ ਉੱਥੇ ਜ਼ਰੂਰਤ ਦਿਖਾਈ ਤੇ ਉਦੋਂ ਤਾਂ ਉਹਨਾਂ ਕੋਲ ਪੇਸ਼ ਨਹੀਂ ਸੀ ਜਾਣੀ। ਜਿਵੇਂ ਉਹ ਬਾਹਰ ਨਿਕਲਿਆ ਤੇ ਉਦੋਂ ਹੀ ਉਹ ਗਲ ਪੈ ਗਏ ਇਹਦੇ ਇਕੱਠੇ ਹੋ ਗਏ। ਹੁਣ ਜੋ ਸੁਣਨ ਚ ਆ ਰਿਹਾ ਉਦੋਂ ਇਹੀ ਸੀਗਾ ਜਿਹਦਾ ਮੈਂ ਵਾਰ ਕਿਹਾ ਪਿਛਲੀ ਵਾਰ ਵੀ, ਜਦੋਂ ਇਹ ਤਾਂ ਜਾ ਕੇ ਉਹਨੂੰ ਫਰੀ ਹੋਇਆ ਰਿਹਾ ਹੋਇਆ ਜੇਲ੍ਹ ਚੋਂ ਜ਼ਮਾਨਤ ਲੈ ਕੇ ਆਇਆ, ਇਹ ਤਾਂ ਜਾ ਕੇ ਪੈਰਾਂ ਚ ਪੈ ਗਿਆ, ਛੋਟੀ ਗੱਲ ਨੂੰ ਛਿੱਕ ਮਾਰਦੇ ਤੇ ਭੱਜੇ ਜਾਂਦੇ ਨੇ। ਉਹਦੇ ਬਾਵਜੂਦ ਵੀ ਉਹਨਾਂ ਨੇ ਸਟੇਜ ਤੇ ਬੁਲਾ ਕੇ ਨਾ ਤਾਂ ਉਹਦਾ ਜ਼ਿਕਰ ਕੀਤਾ, ਉਹਦਾ ਨਾਂ ਤੱਕ ਨਹੀਂ ਲਿਆ, ਉਹਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਉਸ ਦਿਨ ਦਾ ਹੀ ਸਟ੍ਰੈਸ ਹੈ, ਉੱਥੋਂ ਵਾਪਸ ਆਉਂਦੇ ਉੱਥੇ ਏਅਰਪੋਰਟ ਤੇ ਵੀ ਡਿੱਗਿਆ ਹੈ ਜਿਹਨੂੰ ਜਗ੍ਹਾ ਤਸਵੀਂ ਬੰਨਣਾ ਸੀ ਜਾਂ ਕਿਹੜੇ ਕਾਰਨ, ਤੇ ਉੱਥੋਂ ਫਿਰ ਵਾਪਸ ਗਿਆ ਹੈਗਾ। ਤੇ ਸੁਣਨ ਚ ਇਹ ਵੀ ਆਇਆ ਹੈਗਾ, ਬਾਕੀ ਕਥਾ ਨਹੀਂ ਸੁਣਨ ਦੀਆਂ ਗੱਲਾਂ ਆਪਾਂ ਉਹਨਾਂ ਦੀ, ਕਿ ਉਹ ਮੀਟਿੰਗ ਤੋਂ ਪਹਿਲਾਂ ਵੀ ਉਹਨੇ ਇਹ ਕਿਹਾ ਤਾਂ ਸੀ ਕੰਨ ਇਹਦੇ ਕਮਰੇ ਚ ਉਹਦੇ ਫੂਕ ਮਾਰਤੀ ਸੀ ਕਿ ਮੈਂ ਤਾਂ ਅਸਤੀਫਾ ਦੇ ਰਿਹਾ, ਚਲੋ ਹਿੰਦੀ ਚ ਕਹਿ ਲਓ ਪੰਜਾਬੀ, ਵੀ ਮੈਂ ਤਾਂ ਅਸਤੀਫਾ ਦੇ ਰਿਹਾ ਤੇ ਤੁਸੀਂ ਵੀ ਛੱਡ ਦਿਓ। ਤੇ ਉਹ ਸਟ੍ਰੈਸ ਉਹ ਬੰਦਾ ਨਹੀਂ ਝੜ ਸਕਦਾ ਤੇ ਨਾ ਹੀ ਉਹਨੂੰ ਚੱਲਿਆ। ਉਹ ਦੂਜੀ ਗੱਲ ਉਹ ਹੈ ਕਿ ਜਿਹੜੇ ਬੰਦੇ ਨੇ ਸਾਰਾ ਪੰਜਾਬ ਉਹਦੇ ਗਿਰਵੀ ਰੱਖ ਦਿੱਤਾ ਸਿਰਫ ਆਪਣੀ ਸੀਐਮ ਸ਼ਿਪ ਪਿੱਛੇ ਕੇਜਰੀਵਾਲ ਦੇ ਹੱਥਾਂ ਚ, ਭਾਈ ਜੋ ਮਰਜ਼ੀ ਕਰੀ ਚਲੋ ਮੈਨੂੰ, ਤੇ ਜਦੋਂ ਉਹ ਬੰਦਾ ਇਹਨੂੰ ਇਹ ਕਹੂ ਵੀ ਤੂੰ ਸੀਐਮ ਸ਼ਿਪ ਛੱਡ ਦੇ, ਤੇ ਉਹ ਕਹੂਗਾ ਵੀ ਮੈਂ ਗਾਲਾਂ ਆਪਣੇ ਪੰਜਾਬ ਤੋਂ ਵੀ ਖਾਧਾ, ਸਾਰੇ ਪਾਸੇ ਖਾਧੇ ਕਾਹਦੇ ਵਾਸਤੇ। ਹੁਣ ਉਦੋਂ ਬਾਅਦ ਸਾਨੂੰ ਨੀ ਪਤਾ ਸੱਚੀ ਸੱਚਾਈ ਕੀ, ਹਕੀਕਤ ਕੀ ਹੈ, ਬਿਮਾਰੀ ਦੀ ਕਿੰਨੀ ਸੀਰੀਅਸ ਸੀ, ਕਿੰਨੀ ਨਹੀਂ ਸੀਗੀ, ਕਿੰਨੀ ਪੋਲੀਟੀਕਲ ਸੀ, ਵੀ ਡੋਂਟ ਨੋ। ਪਰ ਇਹ ਹੈਗਾ ਕਿ ਕੇਜਰੀਵਾਲ ਦਾ ਐਤਕੀ ਪੰਗਾ ਪੈ ਗਿਆ, ਤੇ ਜਿਹੜੀ ਆਪਾਂ ਵਾਰ ਵਾਰ ਗੱਲ ਕਰਦੇ ਸੀ ਇੱਕ ਨਾ ਇੱਕ ਦਿਨ ਇਹਨਾਂ ਦੀ ਖੜਕਣੀ ਹੈ, ਮੈਨੂੰ ਲੱਗਦਾ ਉਹ ਸ਼ੁਰੂ ਹੋ ਗਈ ਹੈ। ਹੁਣ ਜਿਸ ਤਰੀਕੇ ਨਾਲ ਬਾਕੀ ਬੰਦੇ ਕੱਢੇ ਸੀ ਭਗਵੰਤ ਮਾਨ ਨੂੰ ਵੀ, ਮੈਨੂੰ ਲੱਗਦਾ ਪਹਿਲਾਂ ਤਾਂ ਉਹਨਾਂ ਕੋਲ ਮੈਂ ਦੱਸਿਆ ਵੀ ਆਪਸ਼ਨ ਸੀ, ਤਾਂ ਹੀ ਉਹਨੂੰ ਸੀਐਮ ਬਣਾਇਆ, ਕਿ ਹੋਰ ਕੋਈ ਬੰਦਾ ਨਹੀਂ ਸੀ। ਹੁਣ ਵੀ ਉਹਨਾਂ ਨੂੰ ਲੱਗਦਾ ਜਿਵੇਂ ਪਿਛਲੀ ਵਾਰ ਵਿਧਾਨ ਸਭਾ ਸੈਸ਼ਨ ਤੋਂ ਦੂਜੇ ਬੰਦੇ ਵਿਰੋਧੀ ਆਵਾਜ਼ਾਂ ਇਕੱਠੇ ਉਹਨਾਂ ਸ਼ਹਿਰ ਤੇ ਬੋਲ ਰਹੇ ਨੇ ਸੈਂਟਰ ਦੇ। ਹੁਣ ਵੀ ਜੇ ਤਿੰਨ ਦਿਨ ਦੀ ਗੱਲ ਕਰਦੇ, ਤੁਸੀਂ ਕਿਹਾ ਕਿ ਪ੍ਰਗਟ ਸਿੰਘ ਹਾਲ ਪੁੱਛਣ ਗਿਆ, ਕਿਸੇ ਨੇ ਹਾਲ ਨਹੀਂ ਪੁੱਛਿਆ, ਕਿਸੇ ਨੇ ਪੋਸਟ ਨਹੀਂ ਪਾਈ, ਕਿਸੇ ਨੇ ਕੁਛ ਨਹੀਂ ਪਾਈ, ਉਹਦੇ ਬਾਵਜੂਦ ਜਿਹੜੇ ਬਾਹਰ ਅਫਵਾਹਾਂ ਨੇ ਕਿ ਵੀ ਉਹ ਸੀਐਮ ਚੇਂਜ ਹੋ ਰਿਹਾ, ਡਿਪਟੀ ਸੀਐਮ ਆ ਰਿਹਾ, ਕੁਲਤਾਰ ਸੰਧਵਾ ਆ ਰਹੇ ਦੂਜੇ ਤੀਜੇ, ਉਹ ਸਾਰੇ ਉਹਨਾਂ ਪਾਸੇ ਤਾਂ ਠੀਕ ਨੇ, ਜਾਂ ਕੁਲਤਾਰ ਸੰਧਵਾ ਨੇ ਅਖੀਰ ਚ ਇਹ ਕਿਹਾ ਜਦੋਂ ਕਿਹਾ ਵੀ ਉਹਦੇ ਘਰ ਸਿਕਿਉਰਟੀ ਵੀ ਭੇਜਤੀ ਵੱਡੀ ਹਾਈ ਕਰਤੀ, ਇਹ ਕਥਾ ਉਹਨੇ ਕਿਹਾ ਨਹੀਂ ਜੀ ਇਹੋ ਜਿਹਾ ਕੁਛ ਨੀ, ਮੈਨੂੰ ਤਾਂ ਸਪੀਕਰ ਦੀ ਹੈ। ਪਰ ਕਿਸੇ ਦੀ ਜ਼ਰੂਰਤ ਨਹੀਂ ਪਈ ਕਿ ਉਹਦੇ ਬਿਮਾਰੀ ਤੇ ਇਹਦੀ ਸਿਹਤਯਾਬੀ ਵਾਸਤੇ ਦੁਆ ਕਰ ਸਕੇ, ਕੋਈ ਪੋਸਟ ਹੀ ਪਾ ਦੇ, ਕਿਸੇ ਦੀ ਜ਼ਰੂਰਤ ਨਹੀਂ। ਇੱਕ ਦਿਨ ਪਹਿਲਾਂ ਸੰਦੀਪ ਪਾਠਕ ਆਇਆ ਉਹਨੂੰ ਮਿਲਣ ਬਾਅਦ, ਦੋ ਦਿਨਾਂ ਬਾਅਦ ਤੇ ਇੱਕ ਦਿਨ ਪਹਿਲਾਂ ਪ੍ਰਗਟ ਸਿੰਘ ਤੋਂ, ਉਹਦੇ ਵੀ ਸੁਣਨ ਚ ਇਹ ਆਇਆ ਕਿ ਉਹ ਜਾ ਕੇ ਉਹਨੇ ਵੀ ਉਹਨੂੰ ਅਸਤੀਫੇ ਦੀ ਗੱਲ ਹੀ ਕੀਤੀ, ਇਹ ਵੀ ਸਿਰਿਆ ਵੀ ਸ਼ਾਇਦ ਉਹਨੇ ਫੋਨ ਤੇ ਕੇਜਰੀਵਾਲ ਨੇ ਵੀ ਕਰਾਤੀ ਗੱਲ, ਤੇ ਉੱਥੇ ਭਗਵੰਤ ਮਾਨ ਫਿਰ ਆਕੜ ਗਿਆ, ਉਹਨੇ ਕਿਹਾ ਜੀ ਨਹੀਂ, ਉਹਨੇ ਟੋਟਲ ਨਾ ਕਰ ਦਿੱਤੀ ਹੈ। ਨੈਕਸਟ ਡੇ ਸਵੇਰੇ ਫਿਰ ਜੋ ਪ੍ਰਗਟ ਸਿੰਘ ਗਿਆ ਹੈਗਾ, ਪ੍ਰਗਟ ਸਿੰਘ ਕਹਿੰਦਾ ਮੈਂ ਜੰਮੂ ਸੀ ਇਲੈਕਸ਼ਨ, ਉੱਥੋਂ ਵਾਪਸ ਆਉਂਦਾ ਤੇ ਤਾਂ ਮੈਂ ਆਇਆ ਵੀ ਅਜੇ ਦੋ ਦਿਨ ਦੇ ਬਾਅਦ ਉਹਨੇ ਇਹ ਐਕਸਪਲੇਨ ਕੀਤਾ ਕਿ ਮੈਂ ਆਉਂਦੇ ਹੀ ਉੱਥੇ ਗਿਆ। ਜਦੋਂ ਉਹਨੇ ਆ ਕੇ ਬਾਹਰ ਬੋਲਿਆ ਤੇ ਉਸ ਤੋਂ ਬਾਅਦ ਪੋਸਟਾਂ ਵੀ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਕੁਲਤਾਰ ਸੰਧਵਾਂ ਵੀ ਦੋ ਤਿੰਨ ਬੰਦੇ ਹੋਰ ਵੀ ਮਿਲਣ ਚਲ ਗਏ, ਕਿਉਂਕਿ ਦੁਆਲਾ ਜਿਹੜਾ ਜਲੂਸ ਨਿਕਲ ਸੀ ਉਹ ਤਾਂ ਬਾਹਰ ਨਿਕਲ ਗਿਆ ਵੀ ਤੁਸੀਂ ਕੀ ਕਹਿੰਦੇ ਸੀ ਕੀ, ਤੇ ਹੁਣ ਉਹਨੇ ਅੱਖਾਂ ਦਿਖਾਤੀਆਂ। ਜਦੋਂ ਸੰਦੀਪ ਪਾਠਕ ਮਿਲ ਕੇ ਗਿਆ ਉਹਨੇ ਕੁਛ ਨੀ ਕਿਹਾ, ਕਹਿੰਦੇ ਸਿਹਤ ਠੀਕ ਹੈ। ਹੁਣ ਸਿਹਤ ਦਾ ਬਹਾਨਾ ਜਿਵੇਂ ਕਹਿੰਦੇ ਸਿਹਤ ਦਾ ਬਹਾਨਾ ਕਰਕੇ ਐਕਟਿੰਗ ਜਾਂ ਹੋਰ ਸੀਐਮ ਸ਼ੀਐਮ ਚੇਂਜ ਕਰਨ ਦੀ ਗੱਲ ਕਰਦੇ ਸੀ, ਇਹ ਪਲੈਨ ਸੀ ਉਹਨਾਂ ਦੀ, ਉਹ ਵੀ ਫੇਲ ਹੋ ਗਈ।
ਉਹ ਗਿਆ ਤੇ ਉੱਥੋਂ ਹੀ ਉਹਨੇ ਸਟੇਟਮੈਂਟ ਬਾਹਰ ਕਢਾਤੀ, ਹਾਂਜੀ ਟੈਲੀਫੋਨ ਤੇ ਗੱਲ ਕੀਤੀ ਜਿਹੜੇ ਐਜੂਕੇਟਿਡ ਸਟੂਡੈਂਟ ਨੇ ਪਟਿਆਲੇ ਦੇ। ਇਟ ਮੀਨਸ ਉਹਨੇ ਇਹ ਕਹਿਤਾ ਕਿ ਮੈਂ ਹੈਗਾ ਤੇ ਮੈਂ ਅਸਰਟ ਕਰੂੰਗਾ। ਉਦੋਂ ਬਾਅਦ ਹੁਣ ਜਿਹੜਾ ਰਾਮ ਰੌਲ ਹੈ ਉਹਨੇ ਆਉਂਦੇ ਮੀਟਿੰਗਾਂ ਵੀ ਕੀਤੀਆਂ। ਮੀਨਸ ਇੱਥੇ ਹੈ ਕਿ ਹੁਣ ਜਿਹੜੀ ਮੈਂ ਵਾਰ ਵਾਰ 2.5 ਸਾਲਾਂ ਦੀ ਗੱਲ ਕਰ ਰਿਹਾ ਸੀ, ਇਹਨੂੰ ਇੱਕ ਦਿਨ ਅਸਰਟ ਕਰਨਾ ਪੈਣਾ। ਉਹ ਮੌਕਾ ਹੁਣ ਵੀ ਕੇਜਰੀਵਾਲ ਨੇ ਆਪਣੇ ਉਹਨਾਂ ਦੇ ਹੋਛੇਪਣ ਨੇ ਦਿੱਤਾ ਕਿ ਉਹ ਬਰਦਾਸ਼ਤ ਨਹੀਂ ਕਰ ਸਕੇ। ਅਜੇ ਕਿ ਰਾਈਟ ਟਾਈਮ ਨਹੀਂ ਸੀਗਾ ਹਿੱਟ ਕਰਨ ਦਾ, ਜਿਹਨੇ ਕਰਨਾ ਸੀ ਪਹਿਲਾਂ ਹਰਿਆਣੇ ਦੀ ਇਲੈਕਸ਼ਨ, ਉਸ ਤੋਂ ਬਾਅਦ ਦਿੱਲੀ ਦੀ ਇਲੈਕਸ਼ਨ, ਉਦੋਂ ਤੱਕ ਇਹਨਾਂ ਨੂੰ ਚੁੱਪ ਕਰਨਾ ਚਾਹੀਦਾ ਸੀ। ਪਰ ਪਤਾ ਨਹੀਂ ਕਿ ਉਹ ਆਪਣੀ ਜਿਹੜੇ ਕਹਿੰਦੇ ਮਨ ਤੋਂ ਲਾਹਤਾ ਇੱਕ ਵਾਰੀ, ਉਹ ਤਾਂ 2 ਮਿੰਟ ਵੀ ਬਰਦਾਸ਼ਤ ਨਹੀਂ ਕਰਦੇ। ਸੋ ਇਹੋ ਜਿਹਾ ਲੀਡਰ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਠੀਕ ਹੈ, ਜਿੱਥੋਂ ਤੱਕ ਪਹੁੰਚਿਆ ਉਹ ਦਿੱਲੀ ਇੱਕ ਛੋਟੀ ਸਟੇਟ ਹੈ, ਦੈਟ ਇਜ਼ ਜਸਟ ਲਾਈਕ ਮੈਟਰੋਪੋਲੀਟਨ ਸਿਟੀ, ਪੰਜਾਬ ਦੇ ਸਿਰ ਤੇ ਸੀਗੇ। ਹੁਣ ਪਿਸ਼ੌਰਾ ਸਿੰਘ ਜੀ ਕਹਿੰਦੇ ਵੀ ਉਹ ਇੰਨੇ ਸਿਆਣੇ, ਉਹਨਾਂ ਨੂੰ ਪਤਾ ਨਹੀਂ ਵੀ ਪੰਜਾਬ 'ਚ ਅਸੀਂ ਨੁਕਸਾਨ ਕਰੇ ਤਾਂ ਸਾਡਾ ਨੁਕਸਾਨ ਹੋਏਗਾ। ਹੁਣ ਇਹ ਉਹ ਬੈਟਰ ਜਾਣਦੇ, ਮੇਰੇ ਹਿਸਾਬ ਨਾਲ ਤਾਂ ਉਹ ਬਲੰਡਰ ਜਿਵੇਂ ਕਹਿੰਦੇ ਪਹਾੜੀ ਤੇ ਪੈਰ ਮਾਰਨਾ ਨਹੀਂ, ਹਾਂ ਪਹਾੜੀ ਤੇ ਪੈਰ ਮਾਰਦੇ ਪਏ ਨੇ, ਆਪ ਹੀ ਮਾਰਦੇ ਪਏ ਨੇ ਜਾ ਕੇ। ਸੋ ਇਹਨਾਂ ਦਾ ਕੋਈ ਹੱਲ ਮੈਨੂੰ ਨਹੀਂ ਦਿਸਦਾ ਹੈਗਾ। ਪਰ ਇਹ ਹੈ ਕਿ ਜਿਵੇਂ ਹੁਣ ਖੜ ਗਿਆ, ਤੇ ਉਸ ਤੋਂ ਪਹਿਲਾਂ ਦੋ ਖਹਿਰਾ ਨੇ ਵੀ ਜਿਹੜੀ ਸਟੇਟਮੈਂਟ ਦਿੱਤੀ ਸੀ, ਉਹਨੇ ਵੀ ਕਿਹਾ ਕਿ ਅਜੇ ਕਿ ਖਹਿਰੇ ਨੇ ਸਾਨੂੰ ਪਤਾ ਕਿੰਨਾ ਧੱਕਾ ਕੀਤਾ। ਚਾਹੇ ਉਹੀ ਗੱਲ, ਇਹਦਾ ਤਾਂ ਨਾ ਹੀ ਵੱਜਦਾ ਸੈਂਟਰ, ਕਰਦਾ ਸੈਂਟਰ ਹੀ ਹੈਗਾ, ਇਹ ਉਹਨੂੰ ਬੋਲਣ ਨਹੀਂ ਦਿੰਦਾ। ਉਹਨੇ ਕਹਿ ਰਹੇ ਬਾਵਜੂਦ ਇੱਥੇ ਸਾਡਾ ਕਲਚਰ ਹੈ ਬਿਮਾਰ, ਉਹਦਾ ਸਿਹਤ ਹਾਲ ਪੁੱਛਣਾ, ਉਹ ਠੀਕ ਹੋਣਾ ਚਾਹੀਦਾ। ਪਰ ਨਾਲ ਉਹਨੇ ਕਹਿਤਾ ਬਾਕੀ MLA ਜਿਹੜੇ 91 ਜਿਹੜੇ ਬੈਠੇ ਨੇ, ਗੂੰਗੇ ਬੋਲੇ ਬਹਿਰੇ ਅਦਮੋਏ ਜਿਹੜੇ ਮਰਜ਼ੀ ਕਹਿ ਲਓ, ਉਹ ਉਹਨਾਂ ਨੂੰ ਵੀ ਇੱਥੋਂ ਤੱਕ ਐਮਰਜੈਂਸੀ ਲਾਤੀ, ਭਾਈ ਤੁਸੀਂ ਨਾ ਤਾਂ ਬੋਲਣਾ ਨਾ ਸਟੇਟਮੈਂਟ ਦੇਣੀ ਨਾ ਹਾਲ ਚੁੱਪਚਾਪ। ਉਹ MLA ਕੀ ਕਰਨਗੇ ਲੋਕਾਂ ਦਾ? ਗੈਰੀ ਕਹਿੰਦੇ ਹੁੰਦੇ ਪੜ੍ਹੇ ਲਿਖੇ ਚਾਹੀਦੇ, ਸਿਆਣੇ ਚਾਹੀਦੇ। ਸਰ ਇਹਦਾ ਮਤਲਬ ਇਹਨਾਂ 91 'ਚ ਤਾਂ ਕੋਈ ਨਹੀਂ ਨਾ, ਸਾਰੇ ਰੱਦੀ ਮਾਲ ਹੋ ਗਿਆ ਨਾ। ਜਿਹੜਾ ਇਸ਼ਾਰਾ ਹੀ ਸੋਚਦੇ ਵੀ ਜਿੰਨੀ ਦਾ ਇਸ਼ਾਰਾ ਨੇ ਸੀ ਕਿ ਇਹਦਾ ਹਾਲ ਚਾਲ ਵੀ ਨਹੀਂ ਪੁੱਛ ਸਕਦੇ। ਕੋਈ ਤੁਹਾਡਾ CM ਹੈਗਾ ਆ, ਘੱਟੋ ਘੱਟ ਕੜਸੀ ਸੇਖ ਦਾ ਬੰਦਾ ਇਹਨਾਂ ਪੁੱਛ ਲੈਂਦਾ। ਉਹਨੇ ਬਾਕੀ MLA ਨੂੰ ਕਿਹਾ ਭਾਈ ਵੀ ਕੱਲ ਨੂੰ ਤੁਸੀਂ ਕੀ ਦਿੱਲੀ ਵਿੱਚ ਅੱਜ ਆਪਣਾ CM ਛੱਡ ਲਓ, ਕੱਲ ਨੂੰ ਤੁਹਾਡਾ ਹਾਲ ਵੀ ਇਹੀ ਹੋਣਾ ਆ। ਤੁਸੀਂ ਕੀ ਸਮਝਦੇ ਵੀ ਅੱਜ ਹਟਾ ਕੇ ਕੁਲਤਾਰ ਸੰਧਵਾਂ ਜਾਂ ਹਰਪਾਲ ਚੀਮਾ ਨੂੰ CM ਬਣਾ ਦਿੰਦੇ? ਉਹ ਇਦੋਂ ਬੈਟਰ ਕਰ ਅੱਗੇ ਮੈਂ ਕਹਿੰਦਾ ਕਿ ਲਿਟ ਗਿਆ ਸੀ ਨਾ ਸਾਰਾ ਕੁਛ, ਸਰੈਂਡਰ ਕੀਤਾ, ਉਹ ਇਦੋਂ ਵੱਧ ਹੀ ਕਰਨਗੇ ਤਾਂ ਪੰਜਾਬ ਦੇ ਲੋਕੀ ਕਿਵੇਂ ਐਕਸੈਪਟ ਕਰਨਗੇ? ਠੀਕ ਹੈ 2.5 ਸਾਲ ਹੋਰ ਹੈਗੇ, ਤੁਹਾਡੇ ਕੋਈ ਨਹੀਂ ਖੋ ਸਕਦਾ, ਉਸ ਤੋਂ ਬਾਅਦ ਤਾਂ ਤੁਸੀਂ 0 ਹੈਗੇ ਹੋ। ਜਿੱਦਣ ਪੰਜਾਬ 'ਚ ਖਤਮ ਹੋਏ, ਨੈਸ਼ਨਲ ਪਾਰਟੀ ਸਾਰੇ ਸਟੇਟਸ ਇਹਨਾਂ ਦੇ ਖਤਮ ਹੋ ਜਾਣੇ ਨੇ। ਇਹਦੇ ਨਾਲ ਨਾਲ ਹੀ ਹੈ ਕਿ ਦਿੱਲੀ ਦੇ ਵਿੱਚ ਵੀ ਐਤਕੀ ਸਟਾਂਸ ਉਹ ਨਹੀਂ, ਰੀਜ਼ਨ ਇਹ ਹੈ ਕਿ ਮਾਈਨੋਰਟੀ ਜਿਹੜੀਆਂ ਸੀਗੀਆਂ ਅੱਗੇ ਕਰਦੀਆਂ BJP ਅਗੇਂਸਟ ਹੀ ਜਾਂਦੀਆਂ ਸੀ, ਉਹ ਬੀਜੋ ਮਾਈਨੋਰਟੀ ਸਾਰੀਆਂ ਕਾਂਗਰਸ ਨਾਲ ਵਾਪਸ ਚਲੇ ਗਈਆਂ ਹੈਗੀਆਂ। ਸੋ ਐਡਾ ਸੌਖਾ ਇਹਦੇ ਲਈ ਉੱਥੇ ਵੀ ਨਹੀਂ ਹੋਣਾ, ਤੇ ਆਪਣੇ ਜਿਵੇਂ ਕਹਿੰਦੇ ਬਰਬਾਦੀ ਦਾ ਰਸਤਾ ਆਪ ਹੀ ਲੱਭ ਰਹੇ ਨੇ। ਇਹਨਾਂ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਸੀ, ਅਜੇ ਵੀ ਲੈਣਾ ਚਾਹੀਦਾ। ਪਰ ਮੇਰਾ ਖਿਆਲ ਹੈ ਕੋਈ ਜੇ ਤਾਂ ਜੋ ਗੱਲਾਂ ਸੁਣੀਆਂ ਸਹੀ ਨੇ, ਤੀਰ ਕਮਾਨ ਨੂੰ ਨਿਕਲ ਚੁੱਕਾ, ਇਹ ਭਗਵੰਤ ਮਾਨ ਨੂੰ ਅਟੈਕ ਕਰ ਚੁੱਕੇ ਨੇ ਤੇ ਉਹਨੇ ਕਾਊਂਟਰ ਅਟੈਕ ਕਰ ਦਿੱਤਾ। ਹੁਣ ਇਹ ਲੜਾਈ ਕਿਸੇ ਪਾਸੇ ਹੀ ਲੱਗਣੀ ਹੈ, ਤੇ ਜੇ ਹੁਣ ਪਾਸੇ ਲੱਗਣੀ ਨੈਚੁਰਲੀ ਉਹਨੇ ਧੜਾ ਬਣਾਇਆ ਹੁਣ ਅੰਦਰ ਖਾਤੇ ਹੋਣਾ। ਇਸ ਗੱਲੋਂ ਮੈਂ ਇਹ ਕਹਿੰਦਾ ਕਿ ਜਿੰਨੇ ਵੀ ਲੀਡਰ ਹੋਏ ਨੇ, ਪੋਲੀਟੀਕਲ ਸੂਝਬੂਝ ਜੋ ਮਰਜ਼ੀ ਹੈਗੀ ਹੈ, ਪੜ੍ਹਿਆ ਲਿਖਿਆ ਘੱਟ ਵੱਧ ਹੈ, ਆਪਾਂ ਮਾਨ ਨੂੰ ਸਪੋਰਟ ਸ਼ੁਰੂ ਤੋਂ ਇਹੀ ਕਰਦੇ, ਜੋ ਸਟਾਇਰ ਕਰਦਾ ਰਿਹਾ ਸ਼ੁਰੂ ਤੋਂ ਕਰਦਾ ਐਜ਼ ਏ ਆਰਟਿਸਟ, ਕਿ ਉਹਦੇ ਵਿੱਚ ਪਤਾ ਸੀ ਡੂੰਘਾਈ ਦਾ ਚੀਜ਼ਾਂ ਨੂੰ ਪਤਾ ਸੀ, ਤੇ ਤਿਕੜਮ ਬਾਜ ਤਾਂ ਫਿਰ ਕੇਜਰੀਵਾਲ ਨਾਲੋਂ ਵੱਧਦੀ ਹੈ, ਇਹ ਘੱਟ ਨਹੀਂ। ਜਿਹੜੇ ਇਹੋ ਜਿਹੇ ਬੱਚੇ ਹੁੰਦੇ, ਸ਼ਰਾਰਤੀ ਬੱਚੇ ਹੁੰਦੇ ਨੇ, ਉਹਨਾਂ ਦਾ ਮਾਇੰਡ ਵੱਧ ਚੱਲਦਾ ਹੁੰਦਾ ਹੈ। ਸੋ ਮੈਨੂੰ ਲੱਗਦਾ ਇੱਥੇ ਕੇਜਰੀਵਾਲ ਨੂੰ ਠੇਬੀ ਲੱਗੀ ਹੈ, ਤੇ ਫਿਲਹਾਲ ਮੇਰਾ ਖਿਆਲ ਤੁਹਾਡਾ ਕੁਐਸਚਨ ਆ ਗਿਆ, ਬਾਕੀ ਹੋਇਆ ਤਾਂ ਨੈਕਸਟ ਆਪਾਂ ਦੇਖ ਲੈਂਦੇ। ਥੈਂਕ ਯੂ ਚੀਮਾ ਸਾਹਿਬ, ਥੈਂਕ ਯੂ ਸੋ ਮਚ ਜੀ। ਸਰ ਸਟਾਫ ਪਿਸ਼ੌਰਾ ਸਿੰਘ ਜੀ, ਬੜੇ 2-4 ਕੁਐਸਚਨ ਰਾਈਜ਼ ਹੋਏ ਨੇ। ਚੀਮਾ ਸਾਹਿਬ ਨੇ ਬੜਾ ਥੋੜਾ ਡੂੰਘਾਈ ਦੇ ਵਿੱਚ ਜਾ ਕੇ ਗੱਲ ਕੀਤੀ ਆ ਵੀ CM ਸਾਡੇ ਨੂੰ ਇਗਨੋਰ ਕਰਨਾ, ਔਰ ਉਹ ਇਗਨੋਰ ਉਹਦੀ ਪਾਰਟੀ ਦੇ ਵੱਲੋਂ ਹੀ ਕੀਤਾ ਜਾਣਾ, ਔਰ ਉਹਦੇ ਹਾਲਾਤ ਜੋ ਸੀ, ਉਹਨਾਂ ਦੀ ਸਿਹਤ ਜੋ ਵੀ ਸੀ, ਉਹਦੇ ਬਾਰੇ ਉਹਦਾ ਹਾਲ ਚਾਲ ਨਾ ਜਾ ਕੇ ਪੁੱਛਣਾ,
ਔਰ ਆਪੋਜਿਟ ਵੱਲੋਂ ਜਦੋਂ ਇਹ ਗੱਲ ਨੂੰ ਦੁਬਾਰਾ ਦੁਹਰਾਇਆ ਜਾਣਾ ਤਾਂ ਫਿਰ ਉਹ ਮੀਡੀਆ ਦੇ ਵਿੱਚ ਗੱਲ ਆਉਣ ਦੇ ਕਾਰਨ ਉਸ ਚੀਜ਼ ਨੂੰ ਦੁਬਾਰਾ ਜਾ ਜਾ ਕੇ ਪੁੱਛਣਾ ਜਾਂ ਪੋਸਟਾਂ ਪਾਉਣੀਆਂ। ਸੋ ਇਹ ਕੁਐਸਚਨ ਤਾਂ ਦੇਖੋ ਅਰਾਈਜ਼ ਹੁੰਦਾ। ਸੋ ਇਹ ਜਿਹੜੀ ਇਹਨਾਂ ਦੇ ਅੰਦਰ ਦੀ ਜੰਗ ਆ, ਕੀ ਇਹ ਜੰਗ ਜਿਹੜੀ ਆ ਹੁਣ ਇਹ ਵਧੇਗੀ ਜਾਂ ਇਹਨੂੰ ਇਹ ਕੰਟਰੋਲ ਕਰਕੇ ਇਹਨੂੰ ਅੱਗੇ ਚਲਾਇਆ ਜਾਊ, ਕੀ ਸਰਗੋ ਹੈ? ਥੈਂਕ ਯੂ ਹਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਇਸ ਖੁਸ਼ਖਬਰੀ ਦਾ ਸਵਾਗਤ ਕਰਦਾ ਕਿ ਉਹ ਠੀਕ ਠਾਕ ਨੇ ਔਰ ਸਿਹਤਯਾਬ ਨੇ, ਔਰ ਉਹ ਸਿਹਤਯਾਬਤਾ ਹੋ ਕੇ ਤੇ ਉਹ ਵਾਪਸ ਆਪਣੇ ਕੰਮ ਤੇ ਪਹੁੰਚ ਗਿਆ। ਦੂਸਰਾ ਜਿਹੜਾ ਉਹ ਜਿਹੋ ਜਿਹੇ ਵੀ ਹੈਗੇ ਨੇ, ਜਿਹੜੀ ਵੀ ਪਾਰਟੀ ਦੇ ਹੈਗੇ ਨੇ, ਕੋਈ ਉਹਨਾਂ ਨਾਲ ਸਹਿਮਤ ਹੈ ਜਾਂ ਨਹੀਂ ਸਹਿਮਤ, ਪਰ ਇਸ ਵੇਲੇ ਉਹ ਪੰਜਾਬ ਦੇ ਹੈੱਡ ਆਫ ਸਟੇਟ ਨੇ, ਪੰਜਾਬ ਦੇ ਮਾਈ ਬਾਪ ਨੇ, ਤੇ ਉਹ ਉਹਨਾਂ ਦੀ ਸਿਹਤਯਾਬੀ ਜਿਹੜੀ ਆ, ਉਹਦੀ ਦੁਆ ਜਿਹੜੀ ਆ, ਉਹ ਹਰ ਪੰਜਾਬੀ ਜਿਹੜਾ ਉਹ ਸੁੱਖ ਮੰਗਦਾ। ਈਵਨ ਆਪੋਜੀਸ਼ਨ ਵਾਲਿਆਂ ਨੇ ਵੀ ਜਿਹੜਾ ਉਹ ਇਸ ਗੱਲ 'ਤੇ ਜਿਹੜੀਆਂ ਕੀਤਾ। ਜਿੱਥੋਂ ਤੱਕ ਉਹਨਾਂ ਦੇ ਨਾਂ ਉਹਨਾਂ ਨੂੰ ਉੱਥੇ ਮਿਲਣ ਜਾਣ ਦਾ ਸਵਾਲ ਆ, ਉਹਨੂੰ ਮੈਂ ਦੋ ਪੱਖਾਂ ਤੋਂ ਦੇਖਦਾ। ਜੇ ਤਾਂ ਉਹਨੂੰ ਆਪਾਂ ਮੈਡੀਕਲ ਪੁਆਇੰਟ ਆਫ ਵਿਊ ਤੋਂ ਵੇਖੀਏ, ਹੋਸਪਿਟਲ ਐਡਮਿਨਿਸਟ੍ਰੇਸ਼ਨ ਦੇ ਹਿਸਾਬ ਨਾਲ ਵੇਖੀਏ, ਜਾਂ ਉਹਨਾਂ ਦੀ ਸਿਹਤ ਦੀ ਬਿਹਤਰੀ ਕਿਸ ਗੱਲ ਸੀ ਉਹਦੇ ਵਾਸਤੇ ਵੇਖੀਏ, ਤਾਂ ਚੰਗੀ ਗੱਲ ਤਾਂ ਇਹੋ ਹੀ ਹੈ ਕਿ ਜਦੋਂ ਬੰਦੇ ਨੂੰ ICU ਦੇ ਵਿੱਚ ਹੀ ਘੱਲਿਆ ਜਾਂਦਾ ਅਤੇ ਉੱਥੇ ਭੀੜਾਂ ਨਾ ਇਕੱਠੀਆਂ ਹੋਣ, ਉੱਥੇ ਜਾ ਕੇ ਉਹਨਾਂ ਨੂੰ ਉਹਨਾਂ ਦਾ ਜਿਹੜੇ ਉਹ ਕਾਰਵਾਈ ਆ ਮੈਡੀਕਲ ਟ੍ਰੀਟਮੈਂਟ ਦੀ ਜਿਹੜੀ ਆ ਉਹਦੇ 'ਚ ਵਿਘਨ ਪੈਂਦਾ ਹਰ ਪਾਸਿਓਂ, ਅਤੇ ਉੱਥੇ ਉਹਦਾ ਨਾਂ ਜਾਣਾ ਜਿਹੜਾ ਉਹ ਕੋਈ, ਮੈਂ ਸਮਝਦਾ ਵੀ ਉਸ ਪੱਖੋਂ ਉਹ ਚੰਗੀ ਗੱਲ ਆ, ਉਹ ਉਹਨਾਂ ਦੀ ਫੇਵਰ ਵਿੱਚ ਜਾਂਦਾ, ਉਹਨਾਂ ਦੀ ਸਿਹਤਯਾਬੀ ਜਿਹੜੀ ਹੈ ਉਹ ਇਸ ਗੱਲੋਂ, ਉਹ ਸ਼ਾਇਦ ਉਹ ਨਹੀਂ ਉਧਰੇ ਹੋਣਗੇ ਵੀ ਮੈਨੂੰ ਕੋਈ ਮਿਲ ਨਹੀਂ ਆਇਆ, ਸ਼ਾਇਦ ਉਹ ਇਸ ਗੱਲੋਂ ਥੈਂਕਫੁਲ ਹੋਣ ਵੀ ਕਿਸੇ ਨੇ ਡਿਸਟਰਬ ਨਹੀਂ ਕੀਤਾ ਔਰ ਰਿਕਵਰੀ ਪੀਰੀਅਡ ਜਿਹੜਾ ਸੀ ਨਾ ਉਹ ਨੋਰਮਲੀ ਚੱਲਦਾ ਰਿਹਾ। ਦੂਸਰਾ ਹੈ ਕਿ ਇਹ ਠੀਕ ਹੈ ਆਪਣੇ ਪੰਜਾਬੀ ਜਿਹੜਾ ਸੁਭਾਅ ਆ, ਸਾਡਾ ਕਲਚਰ ਆ ਜਿਹੜਾ, ਸਾਡਾ ਸੱਭਿਆਚਾਰ ਆ ਜਿਹੜਾ, ਉਹਦੇ ਹਿਸਾਬ ਨਾਲ ਜੇ ਵੇਖਿਆ ਜਾਵੇ ਤਾਂ ਉਹ ਬੜਾ ਆਊਟ ਲੱਗਦਾ ਵੀ ਬੰਦਾ ਹਸਪਤਾਲ 'ਚ ਪਿਆ ਹੋਵੇ ਔਰ ਉਹ ਸਟੇਟ ਦਾ ਹੈੱਡ ਹੋਵੇ ਔਰ ਉਹਨੂੰ ਉਹਦੇ ਆਪਣੀ ਪਾਰਟੀ ਦੇ ਬੰਦੇ ਵੀ ਜਿਹੜੇ ਉਹ ਉਹ ਮਿਲਣ ਨਾ ਜਾਣ। ਇਹ ਗਲਤਾਂ ਰੜਕਦੀ ਆ ਔਰ ਇਹਦੇ ਬਾਰੇ ਗਾਂ ਜਿਹੜਾ ਉਹਦੇ ਜਾ ਕੇ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਆਖਿਆ ਉਹਦੇ ਇੰਪੈਕਟ ਵੀ ਹੈਗੇ ਨੇ, ਪਰ ਮੈਂ ਸਮਝਦਾ ਵੀ ਜੇ ਇਹਨੂੰ ਇਸ ਪੱਖਿਓਂ ਵੀ ਵੇਖਿਆ ਜਾਵੇ ਕਿ ਉਹਦੀ ਬਿਮਾਰੀਆਂ ਦੇ ਕਾਰਨ ਨੇ ਜਿਹੜੇ ਡਾਕਟਰਾਂ ਨੇ ਤਾਂ ਹੋਰ ਕੁਝ ਦੱਸਿਆ, ਉਹ ਤਾਂ ਇਨਫੈਕਸ਼ਨ ਦੱਸਦੇ ਨੇ ਕਿ ਉਹ ਇਨਫੈਕਸ਼ਨ ਜਿਹੜੀ ਉਹ ਕਿਸੇ ਨੂੰ ਵੀ ਹੋ ਸਕਦੀ ਆ ਔਰ ਉਹ ਕਿਤੇ ਵੀ ਹੋ ਸਕਦੀ ਆ, ਪਰ ਪਰ ਇਹ ਵੀ ਕੋਈ ਡਿਨਾਈ ਨਹੀਂ ਕਰ ਸਕਦਾ ਕਿ ਸਟ੍ਰੈਸ ਜਿਹੜੀ ਆ ਉਹ ਕਿਸੇ ਵੀ ਕਿਸਮ ਦੀ ਮਾਨਸਿਕਤਾ ਤਣਾਅ ਜਦੋਂ ਹੁੰਦਾ ਤੇ ਉਦੋਂ ਕੋਈ ਵੀ ਬਿਮਾਰੀ ਬੰਦੇ ਨੂੰ ਜਿਹੜੀ ਆ ਉਹ ਜਿਹੜੀ ਨਾ ਵੀ ਲੱਗਣੀ ਹੋਵੇ ਉਹ ਘੇਰ ਸਕਦੀ। ਸੋ ਉਹਦੇ ਵਿੱਚ ਤਾਂ ਮੈਨੂੰ ਪਤਾ ਨਹੀਂ ਕਿ ਸਟ੍ਰੈਸ ਦਾ ਇਹਦੇ ਵਿੱਚ ਕਿੰਨਾ ਰਿਲੇਸ਼ਨਸ਼ਿਪ ਹੋਊਗਾ ਜਾਂ ਉਹਨਾਂ ਦੀ ਇਨਫੈਕਸ਼ਨ ਦਾ ਜਿਹੜਾ ਉਹਨਾਂ ਦੀ ਸਰੀਰਕ ਤੌਰ 'ਤੇ ਜਿਹੜਾ ਉਹ ਕਿੰਨਾ, ਉਹਦਾ ਮੈਡੀਕਲ ਟੈਸਟ ਜਿਹੜੇ ਉਹ ਦੱਸ ਸਕਦੇ ਜਾਂ ਉਹਨਾਂ ਦੀ ਆਪਣੀ ਮਾਨਸਿਕਤਾ ਦੱਸ ਸਕਦੇ ਆ। ਪਰ ਮੈਂ ਸਮਝਦਾ ਕਿ ਜਿਹੜੀ ਇਸ ਲਈ ਡਿਬੇਟ ਹੋ ਰਹੀ ਹੈ ਕਿ ਹਾਈਕਮਾਂਡ ਜਿਹੜੀ ਆ ਉਹ ਭਗਵੰਤ ਨੂੰ ਝਟਕਾ ਦੇਣਾ ਚਾਹੁੰਦੀ ਸੀ ਜਾਂ ਉਹਨੇ ਝਟਕਾ ਦਿੱਤਾ ਜਿਸ ਕਰਕੇ ਸਾਰਾ ਕੁਝ ਹੋਇਆ, ਤੇ ਮੈਂ ਸਮਝਦਾ ਜੇ ਉਹਨਾਂ ਨੇ ਝਟਕਾ ਦਿੱਤਾ ਪੰਜਾਬ ਨੂੰ ਤੇ ਪੰਜਾਬ ਵਾਲਿਆਂ ਨੇ ਵੀ ਕਿਸੇ ਤਰੀਕੇ ਨਾਲ ਵੀ ਭਾਵੇਂ ਨੋਇੰਗਲੀ ਅਨੋਇੰਗਲੀ ਇੰਟੈਂਸ਼ਨਲੀ ਜਾਂ ਅਨਇੰਟੈਂਸ਼ਨਲੀ ਉਹ ਦਿੱਲੀ ਵਾਲਿਆਂ ਨੂੰ ਵੀ ਝਟਕਾ ਜਿਹੜਾ ਨਾ ਉਹ ਮਿਲ ਗਿਆ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਸ ਵੇਲੇ ਭਗਵੰਤ ਮਾਨ ਤੋਂ
ਬਗੈਰ ਅਲਟਰਨੇਟਿਵ ਹੋਰ ਹੈ ਨਹੀਂ ਗਾ, ਕੋਈ ਕੋਈ ਵੀ ਭੱਜ ਕੇ ਦਿੱਲੀ ਨਹੀਂ ਗਿਆ, ਕੋਈ ਵੀ ਭੱਜ ਕੇ ਮਤਲਬ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਹੋਈ ਵੀ ਕੋਈ ਇੱਕ ਦੂਜੇ ਤੋਂ ਅੱਗੇ ਜਿਹੜੇ ਆ 92 ਦੇ ਵਿੱਚੋਂ ਜਿਹੜਾ ਕੋਈ ਬੰਦੇ ਨੇ ਕੋਈ ਕਿਸੇ ਪਾਸੇ ਕੋਈ ਗੱਲ ਕੀਤੀ ਹੋਵੇ, ਕੋਈ ਸੰਕੇਤ ਨਜ਼ਰ ਆਏ ਹੋਣ, ਜਾਂ ਕੋਈ ਬਹੁਤ ਇਸ ਵੇਲੇ ਕਾਹਲਾ ਹੈ ਕਿ ਭਗਵੰਤ ਨੂੰ ਪਾਸੇ ਕਰੋ ਮੈਂ ਪੰਜਾਬ ਦਾ ਜਿਹੜਾ ਉਹ ਹੱਲ ਕਰਾਂਗਾ, ਕਿਉਂਕਿ ਪੰਜਾਬ ਦੀ ਸਿਚੁਏਸ਼ਨ ਜਿਹੜੀ ਆ ਉਹ ਇੰਨੀ ਸੌਖੀ ਨਹੀਂ ਗੀ ਹੈਗੀ ਕਿ ਕੋਈ ਵੀ ਬੰਦਾ ਜਿਹੜਾ ਉਹ ਬਾਂਹ ਖੜੀ ਕਰਕੇ ਆਖੇ ਵੀ ਮੈਂ ਜਿਹੜਾ ਇਹਨੂੰ, ਜਦੋਂ ਕੰਮ ਜਦੋਂ ਚੀਜ਼ਾਂ ਬਹੁਤ ਵਧੀਆ ਤਰੀਕੇ ਵੱਲ ਜਾਂਦੀਆਂ ਉਦੋਂ ਸਾਰੇ ਉਹਦੇ 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 ਵਾਰਸ ਬਣਨਾ ਚਾਹੁੰਦੇ ਆ, ਪਰ ਜਦੋਂ ਵਿਨ ਦਾ ਥਿੰਗ ਸਟਾਰਟ ਗੋਇੰਗ ਸਾਊਥ ਤਾਂ ਫਿਰ ਕੋਈ ਕੋਈ ਮਾਈ ਦਾ ਲਾਲ ਜਿਹੜਾ ਨਾ ਉਹ ਅੱਗੇ ਆਉਂਦਾ ਹੁੰਦਾ। ਸੋ ਇਹ ਦਿੱਲੀ ਵਾਲਿਆਂ ਨੂੰ ਵੀ ਚਾਨਣ ਹੋ ਜਾਣਾ ਚਾਹੀਦਾ, ਔਰ ਇੱਥੋਂ ਦਾ ਵੀ ਜਿਹੜਾ, ਔਰ ਮੈਂ ਤਾਂ ਇਹ ਸਮਝਦਾ ਹਾਂ ਕਿ ਦਿੱਲੀ ਨੂੰ ਇਸ ਕਰਕੇ ਵੀ ਇਹ ਪੰਜਾਬ ਵੱਲੋਂ ਇੱਕ ਕਿਸਮ ਦਾ ਝਟਕਾ ਹੀ ਸਮਝੋ ਕਿ ਪੰਜਾਬੀ ਜਿਹੜੀ ਹੈਗੀ ਆ ਥਿੰਕਿੰਗ ਆ ਉਹ ਇਹ ਸਮਝਦੀ ਆ ਕਿ ਦਿੱਲੀ ਦਾ ਦਖਲ ਜਿਹੜਾ ਅੱਗੇ ਬਹੁਤ ਜ਼ਿਆਦਾ ਹੈਗਾ, ਅਤੇ ਜੇ ਇਹ ਇਹ ਇੰਝ ਲੱਗਾ ਵੀ ਇਹ ਦਿੱਲੀ ਨੇ ਇੱਕ ਹੋਰ ਝਟਕਾ ਦਿੱਤਾ ਅਤੇ ਉਹ ਦਿਸ ਵਿਲ ਟੋਟਲੀ ਗੋ ਅਗੇਂਸਟ ਉਹਨਾਂ ਦੀ ਜਿਹੜੀ ਹਾਈ ਕਮਾਂਡ ਆ, ਉਹ ਉਹਨਾਂ ਦੇ ਫੇਵਰ ਵਿੱਚ ਨਹੀਂ ਜਾ ਸਕਦਾ। ਅਤੇ ਇਸ ਕਰਕੇ ਇਹ ਮੈਂ ਸਮਝਦਾ ਵੀ ਇਹ ਉਹ ਇੰਨੀ ਗਲਤੀ ਨਹੀਂ ਕਰਨਗੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਚੀਮਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਉਹ ਪੰਜਾਬ ਨੂੰ ਉੱਥੋਂ ਨਹੀਂ ਗਵਾਵੇਗੀ, ਸੈਂਟਰਲ ਕਮਾਂਡ ਜਿਹੜੀ ਹੈ ਇਹਨਾਂ ਦੀ ਉੱਥੇ ਉਹ ਨਹੀਂ ਚਾਹੁੰਗੇ ਕਿ ਪੰਜਾਬ ਦਾ ਕਿਸੇ ਵੀ ਤਰੀਕੇ ਉਹਨਾਂ ਦੇ ਕਾਰਨ ਖਾਸ ਤੌਰ 'ਤੇ ਕੋਈ ਵਿਘਨ ਪਵੇ, ਜਾਂ ਪੰਜਾਬੀ ਜਿਹੜੇ ਆ ਉਹ ਵੀ ਇਹ ਸਮਝਣ ਵੀ ਵਾਕਿਆ ਹੀ ਇਹ ਇਹਨਾਂ ਦੀ ਸਰਕਾਰ ਹੈ ਜਿਹੜੀ ਉਹ ਵੀ ਪੰਜਾਬ ਨੂੰ ਦਬਾ ਕੇ ਹੀ ਰੱਖਣਾ ਚਾਹੁੰਦੀ ਹੈ, ਵੀ ਪੰਜਾਬ ਨੂੰ ਇੰਡੀਪੈਂਡੈਂਟਲੀ ਨਹੀਂ ਸੋਚਣਾ ਚਾਹੁੰਦੀ। ਜੇ ਇੱਕ ਬੰਦਾ ਆਇਆ ਸੀ ਜਿਹੜਾ ਇੰਡੀਪੈਂਡੈਂਟ ਸੋਚਣ ਦੀ ਗੱਲ ਕਰਦਾ ਤੇ ਉਹਨੂੰ ਇਹਨਾਂ ਨੇ ਕਿਵੇਂ ਜਿਹੜਾ ਉਹਨੂੰ ਜ਼ਲੀਲ ਕਰਦੇ ਆ, ਜਿਸ ਤਰ੍ਹਾਂ ਲੱਗਦਾ ਕਿ ਉਹਨਾਂ ਨੇ ਜਿਵੇਂ ਵੀ ਦਿੱਲੀ ਉਹ ਗਏ ਨੇ ਤੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ, ਉਹ ਤੇ ਕੋਈ ਹੋਰ ਕਾਰਨ ਹੋ ਸਕਦੇ ਨੇ, ਉਹਨਾਂ ਦਾ ਉਹ ਬੜਾ ਅੰਦਰੂਨੀ ਮਸਲਾ ਸੀ। ਜਿੱਥੋਂ ਤੱਕ ਇਹ ਸਵਾਲ ਹੈਗਾ ਕਿ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਉਹ ਇਹ ਸਮਝਦੇ ਹੋਣਗੇ ਵੀ ਕਿਉਂਕਿ ਮੈਂ ਰਿਜ਼ਾਈਨ ਕਰ ਦਿੱਤਾ ਭਗਵੰਤ ਇਸ ਕਰਕੇ ਤੂੰ ਵੀ ਪਾਸੇ ਹੋ ਜਾ, ਉਹਨਾਂ ਨਾਲ ਕੰਪੈਰੀਜ਼ਨ ਨਹੀਂ ਹੋ ਸਕਦਾ ਨਾ, ਉਹ ਗਿਲਟ ਉਹਨਾਂ ਦੇ ਦੋਸ਼ ਲੱਗਾ, ਉਹਨਾਂ ਤੇ ਦੋਸ਼ ਲੱਗ ਕੇ ਤੇ ਉਹਨਾਂ ਨੂੰ ਉਸ ਉਹਨਾਂ ਤੇ ਮੁਕੱਦਮਾ ਹੋਇਆ, ਉਹਨਾਂ ਜੇਲ੍ਹ 'ਚ ਗਏ ਨੇ ਅਤੇ ਉਹਨਾਂ ਨੂੰ ਛੱਡਣਾ ਪਿਆ, ਭਗਵੰਤ ਨਾਲ ਕੋਈ ਇਹੋ ਜਿਹੀ ਗੱਲ ਨਹੀਂ। ਕਿਉਂ ਇਸ ਕਰਕੇ ਕਿ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਆਪਣੀ ਚੀਫ ਮਿਨਿਸਟਰੀ ਤੋਂ ਅਤੇ ਭਗਵੰਤ ਵੀ ਇਹ ਸੋਚਦੇ ਹੁਣ ਵੀ ਛੱਡਣ, ਮੇਰਾ ਨਹੀਂ ਖਿਆਲ ਉਹਨਾਂ ਦਾ ਇਸ ਤਰ੍ਹਾਂ ਸੋਚਣਾ ਬਣਦਾ ਜਾਂ ਉਹ ਸੋਚਣਗੇ, ਕੋਈ ਲੌਜਿਕ ਬਣਦਾ ਨਹੀਂ ਇਹਦੇ ਵਿੱਚ। ਪਰ ਮੈਂ ਸਮਝਦਾ ਕਿ ਜੇ ਹੈਵਿੰਗ ਸੈਡ ਆਲ ਦੈਟ, ਜੇ ਦੋਵਾਂ ਵੱਲੋਂ ਹੀ ਇਹ ਇੱਕ ਕਿਸਮ ਦਾ ਝਟਕਾ ਦਿੱਤਾ ਜਾ ਰਿਹਾ ਇੱਕ ਦੂਜੇ ਨੂੰ, ਤਾਂ ਫਿਰ ਦੋਵੇਂ ਹੀ ਇਹ ਸਮਝ ਜਾਣ ਕਿ ਸਾਡੀ ਭਲਾਈ ਜਿਹੜੀ ਆ ਨਾ ਉਹ ਮਿਊਚੁਅਲ ਕੋਆਪਰੇਸ਼ਨ ਦੇ ਵਿੱਚ ਹੀ ਆ, ਪੰਜਾਬ ਵਾਲੇ ਵੀ ਜਿਹੜੇ ਆ ਨੈਚੁਰਲੀ ਇਹ ਦਿੱਲੀ ਦੀ ਸਹਾਇਤਾ ਤੋਂ ਬਗੈਰ ਜਿਹੜੇ ਆ ਉਹ ਇਕੱਲੇ ਰਹਿ ਜਾਣਗੇ, ਬਿਲਕੁਲ ਇਕੱਲੇ ਰਹਿ ਜਾਣਗੇ। ਜਿਹੜੀ ਮਾੜੀ ਮੋਟੀ ਇਹਨਾਂ ਨੂੰ ਉੱਥੋਂ ਮਦਦ ਮਿਲਦੀ ਆ ਜਾਂ ਇਹਨਾਂ ਨੂੰ ਆਸ ਹੈ ਕਿ ਨੈਸ਼ਨਲ ਪਾਰਟੀ ਸਾਡੀ ਵੀ ਕੋਈ ਬਣ ਜਾਵੇਗੀ ਜਿਹਦਾ ਪੰਜਾਬ ਹਿੱਸਾ ਰਿਹਾ ਕਰੇਗਾ, ਉਹ ਸੁਪਨਾ ਜਿਹੜਾ ਉਹ ਖਤਮ ਹੋ ਜਾਏਗਾ। ਪਰ ਉਹ ਸਿਰਫ ਪੰਜਾਬ ਵਾਸਤੇ ਨਹੀਂ, ਉਹ ਉਹਨਾਂ ਵਾਸਤੇ ਵੀ ਹੈ, ਉਹ ਵੀ ਪੰਜਾਬ ਨੂੰ ਅਲੱਗ ਥਲੱਗ ਕਰਕੇ ਅੱਗੇ ਨਹੀਂ ਵੱਧ ਸਕਣਗੇ। ਜਿਸ ਤਰ੍ਹਾਂ ਮੈਂ ਅੱਗੇ ਵੀ ਕਹਿੰਦਾ ਨਾ ਕਿ ਉੱਥੇ ਦਿੱਲੀ ਦਾ ਮਾਡਲ ਜਿਹੜਾ ਨਾ ਉਹ ਅੱਗੇ ਨਹੀਂ ਜਾਣਾ, ਉੱਥੇ ਪੰਜਾਬ ਦਾ ਮਾਡਲ ਹੀ ਜਿਹੜਾ ਉਹ ਕਾਮਯਾਬ ਕਰਨਗੇ ਰਲ ਮਿਲ ਕੇ, ਅਤੇ ਉਹ ਜਿਹੜਾ ਉਹਨੇ ਅੱਗੇ ਜਾਣਾ ਉਹ ਅੱਜ ਜਾਵੇ ਕੱਲ੍ਹ ਜਾਵੇ, ਪਰ ਉਹ ਜਿਹੜਾ ਉਹਦੇ 'ਤੇ ਜਾਣਾ। ਸੋ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਉਹ ਕਿਸੇ ਵੀ ਕਾਰਨ ਜਿਹੜਾ ਉਹ ਪੰਜਾਬ ਦਾ ਇਸ ਵੇਲੇ ਉਹ ਬੁਰਾ ਸੋਚਦੇ ਹੋਣ, ਅਤੇ ਖਾਸ ਕਰਕੇ ਭਗਵੰਤ ਦਾ ਜਿਹਨੇ ਇੰਨਾ ਕੁਛ ਕੀਤਾ ਉਹਨੂੰ ਬਿਲਡ ਕਰਨ ਵਾਸਤੇ। ਥੈਂਕ ਯੂ, ਥੈਂਕ ਯੂ ਸੋ ਮਚ ਜੀ ਸਰ। ਮੈਂ ਆਵਾਂਗਾ ਹੁਣ ਗੈਰੀ ਸਿੰਘ ਜੀ ਦੇ। ਗੈਰੀ ਜੀ, ਸੋ ਇਹ ਸਰਦਾਰ ਪਿਸ਼ੌਰਾ ਸਿੰਘ ਜਾਨੀ ਕਹਿੰਦੇ ਆ ਵੀ ਨਹੀਂ, ਭਗਵੰਤ ਸਿੰਘ ਜੀ ਹੁਣਾਂ ਨੂੰ ਪਾਸੇ ਕਰਨਾ ਅਜੇ ਦਿੱਲੀ ਦੇ ਵਾਸਤੇ ਵਿੱਚ ਨਹੀਂ ਹੈ, ਲੇਕਿਨ ਸਰਦਾਰ ਚੀਮਾ ਸਾਹਿਬ ਕਹਿੰਦੇ ਨੇ ਵੀ ਇਹਨਾਂ ਦਾ ਅੰਦਰੂਲੀ ਜਿਹੜਾ ਪਾਰਟ ਹੈ, ਅੰਦਰ ਖਾਤੇ ਜਿਹੜਾ ਉਹ ਚੱਲ ਪਿਆ।
ਸੋ ਐਨ ਆਰ ਆਈਸ ਕੀ ਦੇਖਦੇ ਨੇ ਇਹਨਾਂ ਦੋਨਾਂ ਚੀਜ਼ਾਂ ਨੂੰ, ਬਿਮਾਰੀ ਨੂੰ, ਉਹਨਾਂ ਦੇ ਅੰਦਰੂਨੀ ਜੋ ਜੰਗ ਛਿੜੀ ਹੋਈ ਆ, ਔਰ ਇਹਨਾਂ ਦਾ ਕੀ ਅਗਲਾ ਕਦਮ ਜਿਹੜਾ ਉਹ ਹਰਿਆਣੇ ਦੀ ਇਲੈਕਸ਼ਨ ਵੀ ਆਨ ਦਾ ਸਪੋਟ ਹੈ ਤਾਂ ਸੀ ਐਮ ਨੂੰ ਇਗਨੋਰ ਕਰਨਾ, ਕੀ ਸੋਚਦੇ ਇਹਨਾਂ ਸਾਰੀਆਂ ਗੱਲਾਂ ਬਾਰੇ? ਜੀ ਸਰ ਗੋਹਰ, ਥੈਂਕ ਯੂ ਹਰਪ੍ਰੀਤ ਜੀ, ਥੈਂਕ ਯੂ। ਹਰ ਇੱਕ ਦੇ ਆਪਣੇ ਆਪਣੇ ਵਿਊ ਹੈਗੇ ਆ, ਪਰ ਮੈਂ ਜਦੋਂ ਵੀ ਗੱਲ ਕਰਦਾ ਜਿਹੜੇ ਐਨ ਆਰ ਆਈ ਵਰਲਡ ਵਾਈਡ ਬੈਠੇ ਆ, ਉਹਨਾਂ ਦਾ ਪੰਜਾਬ ਨਾਲ ਬਹੁਤ ਜ਼ਿਆਦਾ ਪਿਆਰ ਆ, ਉਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਵੋਟ ਉਹਨਾਂ ਨੂੰ ਲੈ ਕੇ ਦੂਜਾ ਆ ਜਾਵੇ ਤੀਜਾ ਆ ਜਾਵੇ, ਜਿਹੜਾ ਸ਼ੋ ਜਿਹੜਾ ਈਸ਼ੂਆਂ 'ਤੇ ਗੱਲ ਕਰੇ, ਜਿਹੜੇ ਐਨ ਆਰ ਆਈ ਆ ਮਜੋਰਟੀ ਆਫ ਦੈਟ ਥਿੰਕਿੰਗ ਦੈਟ ਵੇ, ਜਿਹੜਾ ਇੰਡੀਆ 'ਚ ਬੰਦਾ ਮੀਡੀਆ ਬੈਠਾ ਉਹ ਇੰਨਾ ਵਿਕ ਗਿਆ ਸਮਝ ਲਓ, ਉਹ ਇੱਕ ਚਾਹੇ ਦਿੱਲੀ ਵਾਲੇ ਹੋਣ, ਉਹ ਖਾਲਿਸਤਾਨ ਦੀਆਂ ਗੱਲਾਂ ਕਰਦੇ ਰਹੇ ਵੀ ਹੋ ਗਏ, ਪੰਜਾਬ ਵਾਲਿਆਂ ਨੇ ਜਿਉਂ ਮੀਡੀਆ ਨੇ ਅਪੋਜੀਸ਼ਨ ਪਾਰਟੀ ਨੇ ਚੱਕਿਆ ਦੋ, ਦੇਖੋ ਯੂਨਾਈਟਿਡ ਸਟੇਟ ਦੇ ਵਿੱਚ ਵੀ ਕਈ ਵਾਰੀ ਵੱਡੇ ਵੱਡੇ ਲੀਡਰ ਸਿੱਕ ਹੋ ਜਾਂਦੇ ਦੋ ਤਿੰਨ ਦਿਨ ਚਾਰ ਦਿਨ, ਕੋਈ ਗੱਲ ਨੀ ਕਰਦਾ ਕਿਉਂਕਿ ਉਹਨਾਂ ਦੇ ਬਿਹਾਇੰਡ ਤੇ ਬੈਠੇ ਨੇ ਰਾਜ ਕਰਨ ਵਾਲੇ ਬਿਊਰੋਕਰੇਟਸ ਬੈਠੇ ਕੰਮ ਚਲਾਉਂਦੇ ਨੇ, ਕੋਈ ਬੰਦਾ ਨੀ ਬੋਲਦਾ ਵੀ ਕੀ ਹੋ ਰਿਹਾ, ਕੋਈ ਗੱਲ ਨੀ ਬਿਮਾਰ ਹੋ ਗਿਆ, ਜੋ ਬਾਈਡਨ ਵੀ ਪਿੱਛੇ ਬਿਮਾਰ ਹੋ ਗਿਆ, ਤਿੰਨ ਦਿਨ ਮਿਲਿਆ ਨੀ ਚਾਰ ਦਿਨ, ਹੁਣ ਪਰੇ ਕਰ ਦਿੰਦੇ ਨੇ, ਆਉਂਦਾ ਵੀ ਨੀ ਹਫ਼ਤਾ, ਕੋਈ ਗੱਲ ਨੀ। ਸਾਡੇ ਤਾਂ ਇਹਨਾਂ ਨੇ ਇਹੋ ਜਿਹੀ ਪਰਲੋ ਲਿਆਂਦੀ ਆ ਤਿੰਨ ਕੁ ਦਿਨ ਦੇ ਵਿੱਚ ਹੀ, ਮੈਂ ਤਾਂ ਹੈਰਾਨ ਹੋ ਗਿਆ, ਇੱਕ ਨੇ ਸ਼ੁਰੂ ਕਰਤਾ, ਪਤਾ ਨੀ ਉਹਨੇ ਝੂਠ ਕਿਸੇ ਨੇ ਕੀਤਾ ਜਾਂ ਉਹਨਾਂ ਨੇ ਜਿਹੜੀ ਅਪੋਜੀਸ਼ਨ ਪਾਰਟੀ ਉਹਨੇ ਪੈਸੇ ਪੂਸੇ, ਕਿਉਂ ਅੱਜ ਕੱਲ੍ਹ ਇਹ ਕੰਮ ਤਾਂ ਉੱਥੇ ਇੰਡੀਆ ਚੱਲਦਾ, ਕਿਉਂਕਿ ਨਵੀਂ ਨਵਾਂ ਸੋਸ਼ਲ ਮੀਡੀਆ ਲੱਭਿਆ, ਉਹ ਦੋ ਚਾਰ ਬੰਦਿਆਂ ਨੂੰ ਹਾਇਰ ਕਰਕੇ ਨਾ ਆਈ ਟੀ ਵਾਲਿਆਂ ਨੂੰ ਵੀ ਚੱਕ ਦਿਓ ਫੋਟੇ, ਜਾਂ ਫਿਰ ਜਿਹੜਾ ਬੰਦਾ ਵਧੀਆ ਉਹਨਾਂ ਦੀ ਫੋਟੋ ਲੈ ਕੇ ਲਾ ਦਿੰਦਾ ਤੇ ਉਹਦੇ ਕੋਲ ਇੰਟਰਵਿਊ ਦੇ ਦਿੰਦੇ ਆ, ਕਿਉਂਕਿ ਬਹੁਤਾ ਬੈਠਿਆ ਨਾ ਯੂਟਿਊਬਰ, ਠੀਕ ਹੈ ਨਾ, ਬੈਠੇ ਥਾਂ ਥਾਂ ਤੇ, ਦੋ ਦਿਓ 20,000 ਰੁਪਈਆ, 10,000 ਰੁਪਈਆ, 25,000 ਦੇ ਕੇ ਉਹ ਫਿਰ ਜਿਉਂ ਉਹਨਾਂ ਨੂੰ ਸੁਣ ਕੇ ਅਸੀਂ ਗੱਲਾਂ ਕਰਦੇ ਹਾਂ ਇੱਥੇ ਬਾਹਰ ਬੈਠੇ, ਮੈਂ ਤਾਂ ਹੈਰਾਨ ਹੀ ਬਹੁਤ ਹਾਂ। ਤਿੰਨ ਦਿਨ ਦੇ ਵਿੱਚ ਕੋਈ ਗੱਲ ਨੀ, ਜੇ ਬਿਮਾਰ ਹੋ ਗਿਆ ਤੇ ਇੱਥੇ ਫਾਈਨ, ਇੱਧਰ ਭੱਜ ਚੱਲਿਆ ਉਹ ਇਨਫੈਕਸ਼ਨ ਹੋ ਗਿਆ ਚਲੇ ਗਿਆ, ਓਏ ਇਹਦਾ ਲੇਬਰ ਖਤਮ ਹੋ ਗਿਆ, ਓਏ ਤਾਂ ਗਿਆ, ਓਏ ਇਹ ਤਾਂ ਉਹਨੇ ਬਦਲਤਾ, ਸਿੱਧਵਾਂ ਆ ਗਿਆ, ਹੁਣ ਸਿੱਧਵਾਂ ਦੇ ਘਰੇ ਸਿਕਿਉਰਟੀ ਵੱਜ ਗਈ, ਅਸੀਂ ਸੁਣ ਸੁਣ ਕੇ ਇੰਨਾ ਹੱਸਦੇ ਹਾਂ, ਖੁਸ਼ ਹੁੰਦੇ ਹਾਂ, ਜਿਹੜਾ ਐਨ ਆਰ ਆਈ ਉਹ ਖੁਸ਼ ਨੀ ਹੁੰਦਾ ਐਕਚੁਲੀ, ਐਨ ਆਰ ਆਈ ਬੈਠਾ ਜਿਹੜਾ ਬੇਚਾਰਾ ਹਾਰਡ ਵਰਕ ਕਰਕੇ ਆਪਣੇ ਪਿੰਡਾਂ 'ਚ ਕੋਠੇ ਪਾਉਂਦਾ ਜਾ ਕੇ ਟੋਭੇ ਬੰਦ ਕਰਦਾ, ਉਹ ਇਹਨੂੰ ਮਖੌਲਬਾਜ਼ੀ ਸਮਝਦਾ। ਆ ਗਿਆ ਪਾਰਟੀ ਦਾ, ਪਾਰਟੀਆਂ ਨੇ ਤਾਂ ਜਮਾ ਜ਼ਿਆਦਾ ਮਿੱਟੀ ਪਲੀਤ ਕਰ ਲਈ ਆ, ਇਹ ਦਿਨੋ ਦਿਨ ਆਪਣੇ ਪਤਾ ਲੱਗਦਾ ਰਹਿੰਦਾ ਵੀ ਇਹ ਕਿੱਥੇ ਖੜੇ ਆ ਲੋਕ। ਥੈਂਕ ਯੂ ਵੈਰੀ ਮੱਚ, ਆਲਰਾਈਟ, ਥੈਂਕ ਯੂ ਸੋ ਮੱਚ ਗੈਰੀ ਜੀ। ਜੀ ਸਰ, ਜੀਮਾ ਸਾਹਿਬ ਕੁਛ ਵਾਰ ਦੇਣਾ ਚਾਹੁੰਦੇ? ਹਾਂਜੀ ਹਾਂ, ਮੈਂ ਦੋ ਕੁ ਗੱਲਾਂ ਕਰੂੰ। ਦੇਖੋ ਗੈਰੀ ਜੀ ਨਾਲ ਠੀਕ ਹੈ, ਉਹਨੇ ਆਪਣੇ ਵਿਚਾਰੇ, ਪਰ ਮੈਂ ਉਹਨਾਂ ਨਾਲ ਸਹਿਮਤ ਨਹੀਂ। ਹੁਣ ਉਹਨੇ ਯੂਟਿਊਬਰ ਤੇ ਭਾਂਡਾ ਭੰਨਤਾ ਸਾਰਾ। ਸਰ ਇੱਕ ਯੂਟਿਊਬਰ ਠੀਕ ਹੈ, ਸਾਰੇ ਇੱਕ ਸਾਲ ਨਹੀਂ ਹੋ ਸਕਦੇ, ਪਰ ਯੂਟਿਊਬਰ ਹੀ ਨੇ ਜਿੱਥੋਂ ਕੋਈ ਇੰਡੀਪੈਂਡੈਂਟ ਨਿਊਜ਼ ਆਉਂਦੀ ਹੈ ਇੰਡੀਆ ਲੈਵਲ ਤੇ, ਗੋਦੀ ਮੀਡੀਆ ਤੇ ਪੰਜਾਬ ਚ KG ਮੀਡੀਆ ਦੇ ਨਾਂ ਤੇ ਦੋਨੇ ਬਦਨਾਮ ਨੇ, ਤੁਸੀਂ ਉਹਨਾਂ ਤੋਂ ਕੀ ਐਕਸਪੈਕਟ ਕਰੋਗੇ? ਸੋ ਇੱਥੇ ਮੈਂ ਤੁਹਾਡੇ ਨਾਲ ਸਹਿਮਤ ਸੀ। ਫਿਰ ਤੁਸੀਂ ਹਾਂ, ਬਾਕੀ ਬਿਮਾਰੀਆਂ ਦੇ ਵਿੱਚ ਰਿਪੋਰਟ ਦੇ ਵਿੱਚ ਸੀਗੇ ਕਿ ਉਹਦੇ ਦਿਲ ਤੇ ਉੱਤੇ ਦਬਾਅ ਹੈਗਾ, ਸਟ੍ਰੈਸ, ਉਹਦੀ ਮੈਂ ਸਟ੍ਰੈਸ ਦੀ ਗੱਲ ਤਾਂ ਕੀਤੀ ਸੀਗੀ, ਉਹਦੇ ਕਰਕੇ ਆਇਆ ਹੈਗਾ। ਬਾਕੀ ਠੀਕ ਹੈ, ਮੈਂ ਪਿਛੋੜਾ ਸਿੰਘ ਸਹਿਮਤ ਵੀ ਠੀਕ ਹੈ, ਅਸੀਂ ਜਿਵੇਂ ਕਹਿੰਦੇ ਸੀਗੇ ਵੀ ਕਿਵੇਂ ਵੀ ਗੱਲ, ਜਿਵੇਂ ਕਹਿੰਦੇ ਕੁੱਬੇ ਦੇ ਲੱਤ ਵੱਜੀ ਰਾਸ ਆ ਗਈ, ਤੇ ਇਹ ਇੱਕ ਦਿਨ ਇਸ਼ੂ ਹੋਣਾ ਹੀ ਸੀ, ਹੋ ਸਕਦਾ ਹੁਣ ਜਿਹੜੀ ਇੱਕ ਆਹਮਣੇ ਸਾਹਮਣੇ ਇੱਕ ਤਰੀਕੇ ਦੇ ਹੋ ਗਏ ਹੈਗੇ ਆ,
ਤੇ ਹੋ ਸਕਦਾ ਆ ਇਹ ਚ ਹੁਣ ਉਹੀ ਜਿਹੜੀ ਆਪਾਂ ਭਾਲਦੇ ਸੀ ਕਿ ਪੰਜਾਬ ਵਾਲੇ ਥੋੜੇ ਇੰਡੀਪੈਂਡੈਂਟ ਕੰਮ ਕਰਨ ਸੋਚਣ ਤੇ ਹੁਣ ਮੈਨੂੰ ਲੱਗਦਾ ਉਸ ਪਾਸੇ ਨੂੰ ਜਾਊਗਾ, ਪਰ ਉਹਦਾ ਟੈਸਟ ਵੀ ਅਜੇ ਹੈ ਕਿ ਕਿੰਨਾ ਕੁ ਇੰਡੀਪੈਂਡ ਹੁੰਦੇ ਕਿ ਨਹੀਂ, ਕੀ ਭਗਵੰਤ ਮਾਨ ਜੇ ਇੰਡੀਪੈਂਡ ਕਰਕੇ ਤੇ ਕੱਲ ਨੂੰ ਜ਼ੋਰਤ ਕਰਦਾ ਕਿ ਦਿੱਲੀ ਵਾਲੇ ਬੰਦੇ ਜਿਹੜੇ ਬਿਠਾਏ ਹੋਏ ਨੇ ਉਹਨਾਂ ਨੂੰ ਪਾਸੇ ਕਰੂਗਾ, ਉਹ ਟੈਸਟ ਹੋਊਗਾ। ਅਦਰਵਾਈਜ਼ ਠੀਕ ਹੈ, ਉਹ ਮਾੜੇ ਕਿਸੇ ਨਾ ਕਿਸੇ ਚੀਜ਼ ਚੋਂ ਚੰਗਾ ਵੀ ਨਿਕਲਦੇ ਹੁੰਦਾ, ਤੇ ਜਿਹੜੀ ਅਸੀਂ ਚਾਹੁੰਦੇ ਕਿ ਪੰਜਾਬ ਵੀ ਲੋਕੀ ਵੀ ਚਾਹੁੰਦੇ ਨੇ ਕਿ ਇੰਡੀਪੈਂਡੈਂਸ ਡੇ ਨੂੰ ਜਜਮੈਂਟ ਡੇਲੀ ਦੇ ਡਿਸੀਜ਼ਨ ਡੇ ਟੂ ਡੇ ਡਿਸੀਜ਼ਨ ਨਹੀਂ ਉੱਥੋਂ ਇਫੈਕਟ ਹੋਣੇ ਚਾਹੀਦੇ। ਹੁਣ OSD ਤੁਸੀਂ ਹਟਾ ਦਿਓ ਸਾਰੇ ਕਰਕੇ, ਉਹਨਾਂ ਨੂੰ ਤੁਸੀਂ ਆਪਣੇ ਬੰਦੇ ਬਿਠਾਓ, ਨੋਬੜੀ ਲਾਈਕਸ ਇਨ ਪੰਜਾਬ। ਅਸੀਂ ਬਾਹਰੋਂ ਜਿੰਨੇ ਮਰਜ਼ੀ ਕਈ ਲਈ ਸਪੋਰਟ ਕਰੀਏ, ਪੰਜਾਬ ਵਾਲੇ ਲੋਕ ਨਹੀਂ ਲਾਈ ਕਰਦੇ, ਦੇ ਵਿਲ ਰਿਜੈਕਟ ਇਟ। ਇਹ ਉਹਨਾਂ ਨੂੰ ਸਮਝ ਲੈਣ ਕਿ ਪੰਜਾਬ ਵਾਲਾ ਆਪਣੇ ਸੰਭਾਲ ਲੈਣਗੇ ਤਾਂ ਠੀਕ ਹੈ। ਇਹੀ ਉਦੋਂ ਖਹਿਰੇ ਨੇ ਜਵਾਬ ਦਿੱਤੀ ਸੀ ਕਿ ਪੰਜਾਬ ਜੀ ਉਹਨਾਂ ਨੂੰ ਇੰਡੀਪੈਂਡੈਂਟਲੀ ਕੰਮ ਕਰ ਦਿਓ, ਸਾਨੂੰ ਡੇ ਟੂ ਡੇ ਨਾ ਡਿਕਟੇਟ ਕਰੋ। ਉਹਨੂੰ ਪਾਸੇ ਕਰਤਾ ਸੀ ਉਦੋਂ ਭਗਵੰਤ ਮਾਨ ਚੁੱਪ ਰਿਹਾ ਸੀ, ਉਹ ਇਹਦੇ ਪਿੱਛੇ ਫਿਰ ਬੁੱਲਿਆ। ਸੋ ਮੈਨੂੰ ਲੱਗਦਾ ਆਪਾਂ ਵਿੱਚੋਂ ਪੋਜ਼ਿਟਿਵ ਇਹੀ ਦੇਖ ਸਕਦੇ ਹਾਂ ਕਿ ਆਪਣਾ ਜੇ ਇੰਡੀਪੈਂਡੈਂਟ ਕੰਮ ਕਰਦੇ, ਔਰ ਇਸੇ ਚੀਜ਼ ਇਨ ਦਾ ਸੈਂਟਰ ਯੂਨਿਟ ਦੀ ਵੀ ਭਲਾਈ ਹੈ, ਜੇ ਟੋਟਲੀ ਵੱਖ ਹੋ ਗਏ ਤਾਂ ਉਹ ਵੀ ਖਤਮ ਹੋਣਗੇ, ਇਹ ਵੀ ਖਤਮ ਹੋਣ। ਥੈਂਕ ਯੂ। ਆਲਰਾਈਟ, ਥੈਂਕ ਯੂ ਸੋ ਮਚ ਜੀ। ਪਿਸ਼ੋਰਾ ਸਿੰਘ ਜੀ, ਕੁਝ ਕਹਿਣਾ ਚਾਹੁੰਦੇ ਹੋ? ਜੀ ਮੈਂ ਬਿਲਕੁਲ, ਚਿੰਮਲ ਸਾਹਿਬ ਨੇ ਜਿਸ ਤਰ੍ਹਾਂ ਆਖਿਆ, ਇਹ ਜਿਹੜਾ ਸਰ ਐਪੀਸੋਡ ਹੋਇਆ ਇਹਦੇ ਵਿੱਚੋਂ ਆਈ ਕੈਨ ਸੀ ਯੂ ਨੋ ਬੈਟਰ ਥਿੰਗਸ ਟੂ ਕਮ ਆਊਟ। ਇਹ ਕਿਸਮ ਦਾ ਜੇ ਇਹਨੂੰ ਟੈਸਟ ਵੀ ਵੇਖ ਲਿਆ ਜਾਵੇ ਨਾ, ਟੈਸਟਿੰਗ ਆ ਬਿਟਵੀਨ ਸੈਂਟਰ ਐਂਡ ਸਟੇਟ, ਅਤੇ ਉਹ ਵੀ ਜਿਹੜਾ ਉਹ ਵੀ ਕਲੀਅਰ ਹੋ ਗਿਆ, ਔਰ ਉਹ ਸੈਂਟਰ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਦੀ ਹਾਈਕਮਾਂਡ ਨੂੰ ਕਿ ਈਵਨ ਪੰਜਾਬ ਦੇ ਵਿੱਚ ਅਪੋਜੀਸ਼ਨ ਮੈਂਬਰਸ ਵੀ ਨੇ ਜਿਹੜੇ, ਉਹਨਾਂ ਨੇ ਵੀ ਇਸ ਗੱਲ ਦਾ ਜਿਹੜਾ ਨੋਟਿਸ ਲਿਆ, ਉਹ ਵੀ ਇਸ ਗੱਲੋਂ ਜਿਹੜਾ ਉਹ ਭਗਵੰਤ ਦੇ ਦੇ ਨਾਲ ਖਲੋਣਗੇ, ਜੇ ਉਹਨੂੰ ਇਹਨੂੰ ਵੇਖਣ ਕਰਨ ਦੀ ਕੋਸ਼ਿਸ਼ ਕਰਨਗੇ ਨਾ, ਵਾਇਲ ਦੀ ਟੈਨਿਊਰ ਹੈਗੀ ਆ, ਤੇ ਮੇਰਾ ਨਹੀਂ ਖਿਆਲ ਕੋਈ ਅਪੋਜੀਸ਼ਨ ਚੋਂ ਪਾਰਟੀ ਜਿਹੜੀ ਉਹ ਚਾਹੇਗੀ ਕਿ ਇਹਦੇ 2 ਸਾਲ ਜਿਹੜੇ ਰਹਿੰਦੇ ਆ ਉਹ ਇਹਨੂੰ ਟੋਪਲ ਕਰਕੇ ਤੇ ਅਸੀਂ ਅੱਗੇ ਆ ਜਾਈਏ ਜਾਂ ਕੋਈ ਹੋਰ ਕਿਸੇ ਨੂੰ ਲੈ ਕੇ ਆਈਏ। ਉਹ ਉਹਨਾਂ ਨੇ ਸੰਕੇਤ ਜਿਹੜੇ ਉਹਨਾਂ ਚੋਂ ਸੁਹਿਰਦ ਬੰਦੇ ਨੇ ਜਿਹੜੇ ਉਹਨਾਂ ਨੇ ਬੜੇ ਕਲੀਅਰਲੀ ਜਿਹੜੇ ਉਹ ਦਿੱਤੇ ਨੇ ਕਿ ਪੰਜਾਬ ਜਿਹੜਾ ਉਹ ਵਾਚ ਕਰ ਰਿਹਾ, ਔਰ ਸਾਰਾ ਪੰਜਾਬ ਵਾਚ ਕਰ ਰਿਹਾ, ਸਿਰਫ ਆਮ ਆਦਮੀ ਪਾਰਟੀ ਨਹੀਂ। ਤੇ ਜੇ ਆਮ ਆਦਮੀ ਪਾਰਟੀ ਦੇ ਨਾਲ ਧੱਕਾ ਹੁੰਦਾ, ਜਿਹੜਾ ਜਿਹਨੇ ਜਿਹਨੂੰ ਪੰਜਾਬੀ ਇਸ ਲਈ ਰਿਪ੍ਰਜੈਂਟ ਕਰਦੇ ਨੇ, ਜਿਹਨਾਂ ਨੇ 92 ਮੈਂਬਰ ਉਹਨਾਂ ਦੇ ਕਰਵਾਏ ਨੇ, ਤੇ ਉਹ ਅਸੀਂ ਵੀ ਉਹਨਾਂ ਦੇ ਨਾਲ ਹਾਂ। ਅਪੋਜੀਸ਼ਨ ਬੇਸ਼ੱਕ ਬਾਹਰ ਇਸ ਵੇਲੇ ਸਰਕਾਰ ਤੋਂ, ਪਰ ਉਹ ਇਸ ਗੱਲ ਦੇ ਵਿੱਚ ਜਿਹੜੀ ਆ ਉਹ ਕਦੀ ਬਰਦਾਸ਼ਤ ਨਹੀਂ ਕਰੇਗੀ ਕਿ ਸੈਂਟਰ ਜਿਹੜੀ ਹੈਗੀ ਆ ਕਮਾਨ ਉਹ ਪੰਜਾਬ ਨੂੰ ਕਿਸੇ ਤਰ੍ਹਾਂ ਵੀ ਵੀਕਨ ਕਰੇ, ਭਾਵੇਂ ਉਹ ਲੀਡਰ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਬਿਸ਼ੋਰਾ ਸਿੰਘ ਜੀ। ਜੀ ਸਰ, ਕੁਛ ਵਿਊਸ ਮੈਂ ਵੀ ਦੇਣਾ ਚਾਹਾਂਗਾ। ਸੋ ਦੇਖੋ, ਇੱਕ ਜਦੋਂ ਕੋਈ ਇੱਕ ਹੈੱਡ ਸਾਡੇ ਘਰ ਦਾ ਜਾਂ ਇੱਕ ਹੈੱਡ ਸਟੇਟ ਦਾ ਹੋ ਜਾਂਦਾ ਨਾ, ਇੱਕ ਸਟੇਟ ਦਾ ਹੈੱਡ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ, ਔਰ ਜਦੋਂ ਉਹ ਬਿਮਾਰ ਹੁੰਦਾ ਤਾਂ ਨੈਚੁਰਲੀ ਫਿਕਰ ਜਿਹੜਾ ਪੂਰੀ ਸਟੇਟ ਦੇ ਉੱਤੇ ਆਉਂਦਾ, ਤੇ ਉਹਨਾਂ ਦਾ ਹਾਲ ਚਾਲ ਪੁੱਛਣਾ ਕੋਈ ਮਾੜੀ ਗੱਲ ਨਹੀਂ ਹੈਗੀ, ਚੰਗੀ ਗੱਲ ਹੈਗੀ ਆ, ਔਰ ਬੈਸਟ ਵਿਸ਼ੇਸ਼ ਇਹ ਆ ਵੀ ਉਹ ਆਪਣਾ ਆਪ ਠੀਕ ਹੋ ਕੇ ਚਲੋ ਚਲੇ ਗਏ ਨੇ ਕੰਮ ਤੇ। ਬਟ ਜਿਹੜਾ ਅੰਦਰੂਨੀ, ਜਦੋਂ ਕੋਈ ਬਾਹਰ ਦੇ ਘਰ ਦੇ ਬੰਦੇ ਛੱਡ ਕੇ ਜਾਂ ਬਾਹਰ ਦਾ ਬੰਦਾ ਆਣ ਕੇ ਪੁੱਛਦਾ ਤਾਂ ਇਸ਼ੂਜ਼ ਉਦੋਂ ਕ੍ਰੀਏਟ ਹੋ ਜਾਂਦਾ ਨਾਲ, ਜਿੱਦਾਂ ਕਿ ਜੋ ਪ੍ਰਗਟ ਸਿੰਘ ਜਾ ਕੇ ਪੁੱਛਿਆ ਤਾਂ ਪ੍ਰਗਟ ਸਿੰਘ ਦੇ ਮਗਰ ਜਾਣ ਤੋਂ ਬਾਅਦ ਜਿਹੜੀ ਲਾਈਨ ਲੱਗੀ, ਉਹ ਇਹਨਾਂ ਸਾਰੇ ਸਵਾਲਾਂ ਨੂੰ ਘੇਰੇ ਚ ਲਿਆਉਣ ਵਾਲੀ ਗੱਲ ਹੋ ਜਾਂਦੀ ਵੀ ਇਹਨਾਂ ਦੀਆਂ। ਉਹ ਫਿਰ ਇੱਕ ਪੋਜ਼ਿਟਿਵ ਜਿਹੜਾ ਟੈਸਟ ਹੁੰਦਾ ਜੀ, ਉਹ ਸੀਐਮ ਮਾਨ ਉਹਨਾਂ ਦਾ ਤੇ ਅੰਦਰ ਟੈਸਟ ਹੋ ਗਿਆ, ਔਰ ਬਾਕੀ ਪਾਰਟੀ ਦਾ ਵਿਦ ਕਨਵੀਨੀਅਰ ਉਹ ਬਾਹਰ ਟੈਸਟ ਹੋ ਗਿਆ, ਉਹ ਲੋਕਾਂ ਨੇ ਬਾਹਰ ਟੈਸਟ ਕਰ ਦਿੱਤਾ, ਇੱਕ ਉਹ ਅੰਦਰ ਟੈਸਟ ਹੋ ਗਿਆ। ਉਹ ਟੈਸਟ ਦੇ ਨਾਲ ਵੀ ਇੱਕ ਜਿਹੜੀ ਇਹਨਾਂ ਨੂੰ ਅਕਲ ਜਿਹੜੀ ਉਹ ਆ ਗਈ ਆ ਵੀ ਨਹੀਂ, ਸਾਡੇ ਬਗੈਰ ਅਜੇ ਭਗਵੰਤ ਮਾਨ ਤੋਂ ਬਗੈਰ ਅਸੀਂ ਇੱਥੇ ਅਸੀਂ ਪੈਰ ਨਹੀਂ ਰੱਖ ਸਕਦੇ।
ਸੋ ਕਿਉਂਕਿ ਆਪੋਜਿਟ ਪਾਰਟੀਆਂ ਨੇ ਜਦੋਂ ਇੱਕ ਹੰਗਾਰਾ ਦਿੱਤਾ ਭਗਵੰਤ ਸਿੰਘ ਦੇ ਨਾਂ ਦੇ ਉੱਤੇ, ਸੋ ਉਹਨਾਂ ਦੇ ਨਾਲ ਇੱਕ ਪੋਜ਼ਿਟਿਵਿਟੀ ਵੀ ਭਗਵੰਤ ਮਾਨ ਦੇ ਹੱਕ ਦੇ ਵਿੱਚ ਗਈ ਹੈ ਵੀ ਨਹੀਂ, ਆਪੋਜਿਟ ਪਾਰਟੀ ਵੀ ਅਜੇ ਕਹਿੰਦੀ ਵੀ ਜਿੱਦਾਂ ਵੀ ਆ ਸੀਐਮ ਜੋ ਵੀ ਆ ਅਸੀਂ ਇਹਦੇ ਨਾਲ ਸਟੈਂਡ ਕਰਦੇ ਹਾਂ। ਸੋ ਸੈਕੰਡ ਗੱਲ ਅਸੀਂ ਕਰਦੇ ਹਾਂ ਵੀ ਚਲੋ ਇੱਕ ਇਹ ਬਿਮਾਰੀ ਹੋਈ ਜਾਂ ਹੋਈ, ਲੇਕਿਨ ਬਾਕੀ ਜਿਹੜੇ ਆਪੋਜਿਟ ਨੇ ਜਾਂ ਕੁਛ ਨੇ, ਜੇ ਇਹਨੂੰ ਲਿੰਗਰ ਆਨ ਵੀ ਕਰਨਾ, ਇਹਦੀ ਇਹਨੂੰ ਇਸ ਨਿਊਜ਼ ਨੂੰ ਵੀ ਚਲਾਉਣਾ, ਇਸ ਨਿਊਜ਼ ਦੇ ਨਾਲ ਨਾਲ ਬਿਮਾਰ ਜੋ ਪੰਜਾਬ ਸਾਡਾ ਅਜੇ ਬਿਮਾਰ ਹੋਇਆ ਉਹਦੀ ਬਿਮਾਰੀ ਵੱਲ ਵੀ ਤੁਸੀਂ ਧਿਆਨ ਰੱਖੋ, ਕਿਉਂਕਿ ਪੰਜਾਬ ਨੂੰ ਵੀ ਬਹੁਤ ਲੋੜ ਹੈ, ਟ੍ਰੀਟਮੈਂਟ ਦੀ ਬਹੁਤ ਲੋੜ ਹੈ, ਅਸੀਂ ਉਹਦੀ ਟ੍ਰੀਟਮੈਂਟ ਵੀ ਕਰਨਾ ਚਾਹੁੰਦੇ ਹਾਂ, ਇਸੇ ਕਰਕੇ ਇਸ ਪਾਰਟੀ ਨੂੰ ਚੁਣਿਆ ਵੀ ਉਹਦੀ ਟ੍ਰੀਟਮੈਂਟ ਹੋ ਸਕੇ। ਆਪਣੀ ਟ੍ਰੀਟਮੈਂਟ ਤਾਂ ਅਸੀਂ ਚਾਹੁੰਦੇ ਹਾਂ, ਪਰ ਦੂਜੀ ਪੰਜਾਬ ਦੀ ਟ੍ਰੀਟਮੈਂਟ ਹੋਊਗੀ ਤੇ ਅਸੀਂ ਨਾਲ ਹੀ ਚੱਲ ਸਕਾਂਗੇ। ਤੋ ਜੋ ਪੰਜਾਬ ਦੀ ਟ੍ਰੀਟਮੈਂਟ ਹੈ ਉਹ ਬਹੁਤ ਜ਼ਰੂਰੀ ਹੈ, ਬਹੁਤ ਵੱਡੇ ਵੱਡੇ ਮੁੱਦੇ ਆ ਪੰਜਾਬ ਦੇ, ਸੋ ਉਹਨਾਂ ਦੇ ਉੱਤੇ ਇਸ਼ੂ ਦੇ ਉੱਤੇ ਹਰ ਵਕਤ ਮੀਡੀਆ ਨੂੰ ਡਿਬੇਟ ਕਰਨੀ ਚਾਹੀਦੀ ਆ, ਹਰ ਵਕਤ ਉਹਨਾਂ ਨੂੰ ਉਭਾਰਨਾ ਚਾਹੀਦਾ ਹੈ, ਔਰ ਹਰ ਵਕਤ ਜਿਹੜਾ ਉਹ ਪਾਰਟੀਆਂ ਨੂੰ ਯਾਦ ਕਰਾਉਣਾ ਚਾਹੀਦਾ ਹੈ, ਕਿਉਂਕਿ ਜਿੰਨਾ ਚਿਰ ਮੀਡੀਆ ਇਹਨਾਂ ਪਾਰਟੀਆਂ ਨੂੰ ਇਹ ਨਹੀਂ ਅਹਿਸਾਸ ਕਰਾਏਗਾ ਵੀ ਤੁਸੀਂ ਆਪਣਿਆਂ ਕੰਮਾਂ ਤੋਂ ਭੁੱਲਦੇ ਜਾਂਦੇ ਹੋ, ਇਹਨਾਂ ਨੂੰ ਯਾਦ ਕਰਾਉਣਾ ਪਏਗਾ, ਕਿਉਂਕਿ ਜਿਹੜੇ ਲੋਕ ਪੋਲੀਟੀਕਲ ਲੋਕ ਹੁੰਦੇ ਨਾ ਇਹ ਜਲਦੀ ਭੁੱਲ ਜਾਂਦੇ ਆ ਵੀ ਅਸੀਂ ਕੀ ਕਿਹਾ ਸੀ, ਅਸੀਂ ਅੱਗੇ ਇਹ ਨਵੀਂ ਨਵੀਂ ਸੋਚ ਨੂੰ ਤਾਂ ਅੱਗੇ ਲੈ ਕੇ ਜਾਂਦੇ ਆ, ਬਟ ਜਿਹੜੀ ਪੁਰਾਣੀ ਗੱਲ ਕੀਤੀ ਹੁੰਦੀ ਇਹਨਾਂ ਨੂੰ ਭੁੱਲ ਜਾਂਦੇ, ਇਸ ਕਰਕੇ ਇਹਨਾਂ ਦਾ IQ ਲੈਵਲ ਜਿਹੜਾ ਨਾ ਇਹਨਾਂ ਨੂੰ ਯਾਦ ਕਰਾਉਣਾ ਚਾਹੀਦਾ, ਰਿਮਾਇੰਡ ਕਰਾਉਣਾ ਚਾਹੀਦਾ ਵੀ ਕਿਹੜੇ ਮੁੱਦਿਆਂ ਕਰਕੇ ਪਾਰਟੀ ਆ ਗਈ ਜੀ। ਪਾਰਟੀ 2.5 ਸਾਲ ਹੋ ਗਿਆ, ਬਹੁਤ ਵੱਡੇ ਵੱਡੇ ਮੁੱਦੇ ਆ ਪਾਰਟੀ ਦੇ ਵਿੱਚ ਅੰਦਰ ਦੇ, ਬੇਰੁਜ਼ਗਾਰੀ ਦਾ ਮੁੱਦਾ ਆ, ਹੋਰ ਮੁੱਦੇ ਨੇ, ਪਾਣੀਆਂ ਦੇ ਮੁੱਦੇ ਨੇ, ਇਹਨਾਂ ਦੇ ਉੱਤੇ ਵੀ ਹਰ ਵਕਤ ਜਿਹੜਾ ਮੀਡੀਆ ਨੂੰ ਪਹਿਰਾ ਦੇ ਕੇ ਇਹਨਾਂ ਨੂੰ ਕੁਸ਼ਚਨਿੰਗ ਜਿਹੜੀ ਉਹ ਕਰਨੀ ਚਾਹੀਦੀ ਆ, ਹਰ ਲੈਵਲ ਤੇ ਕਰਨੀ ਚਾਹੀਦੀ ਆ ਤਾਂ ਜੋ ਇਹਨਾਂ ਦੇ ਉੱਤੇ ਕੁਸ਼ਚਨਿੰਗ ਹੁੰਦੀ ਰਹੇ। ਬਾਕੀ ਡਿਫਰੈਂਸ ਗੱਲ ਹੋ ਜਾਂਦੀਆਂ ਮਾਰੀ ਲਿੰਕ ਉਹ ਨਾਲ ਜ਼ਰੂਰੀ ਆ, ਬਟ ਜਿਹੜੇ ਮੁੱਦੇ ਆ ਨਾਲ ਉਹਨਾਂ ਤੇ ਵੀ ਗੱਲ ਜਿਹੜੀ ਉਹ ਮੀਡੀਆ ਨੂੰ ਕਰਨੀ ਚਾਹੀਦੀ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਬੜੇ ਸਿਆਣੇ ਸੂਝਵਾਨ ਬੰਦੇ ਨੇ, ਖਿਡਾਰੀ ਨੇ, ਤੇ ਉਹ ਉਹਨਾਂ ਦੀ ਜਿਹੜੀ ਟਾਈਮਿੰਗ ਦੀ ਚੋਣ ਹੈ ਜਿਹੜੀ ਨਾ ਉਹ ਬੜੀ ਪਰਫੈਕਟ ਸੀ, ਔਰ ਉਹ ਵੀ ਉਦੋਂ ਗਏ ਜਦੋਂ ਬੁਲੇਟਿਨ ਮੈਡੀਕ ਹਸਪਤਾਲ ਚ ਆਉਣੇ ਸ਼ੁਰੂ ਹੋ ਗਏ ਕਿ ਟੈਸਟ ਜਿਹੜੇ ਬਿਲਕੁਲ ਠੀਕ ਠਾਕ ਨੇ ਔਰ ਹੀ ਸਟੇਬਲ ਤੇ ਉਹ ਕਿਸੇ ਵੇਲੇ ਘਰ ਜਾ ਸਕਦੇ ਨੇ, ਤੇ ਉਹ ਹੋ ਸਕਦਾ ਜੇ ਉਦੋਂ ਪਹਿਲਾਂ ਉਹ ਕੋਸ਼ਿਸ਼ ਕਰਦੇ ਜਦੋਂ ਹਾਲੇ ਉਹ ਟੈਸਟ ਹੀ ਹੋ ਰਿਹਾ ਸੀ ਤੇ ਪਤਾ ਨਹੀਂ ਸੀ ਲੱਗ ਰਿਹਾ ਕੋਈ ਗੱਲ ਕੀ ਹੈ, ਉਦੋਂ ਪ੍ਰਗਟ ਸਿੰਘ ਕੋਸ਼ਿਸ਼ ਕਰਦੇ ਤੇ ਉਹਨਾਂ ਨੂੰ ਉੱਥੇ ਨਾ ਜਾਣ ਦਿੱਤਾ ਜਾਂਦਾ ਕਿਉਂਕਿ ਉਹਨਾਂ ਨੂੰ ਕਿਸੇ ਨੇ ਮਨਾਈ ਵਾਸਤੇ ਨਹੀਂ ਆਖਿਆ ਹੋਣਾ ਵੀ ਨਹੀਂ ਤੁਸੀਂ ਉੱਥੇ ਜਾ ਨਹੀਂ ਸਕਦੇ, ਤੇ ਜੇ ਪਾਰਟੀ ਦਾ ਡਿਸਿਪਲਿਨ ਸੀ ਕਿ ਆਪਾਂ ਜਿਹੜਾ ਨਾ ਇਹ ਉੱਥੇ ਵੇਖੋ ਸਾਡਾ ਕਲਚਰ ਹੈ ਜਿਹੜਾ ਨਾ ਉਹਦੇ 'ਚ ਬੜੇ ਗੁਣ ਨੇ ਹੈਗੇ ਪਰ ਉਹਦੇ 'ਚ ਔਗਣ ਵੀ ਬੜੇ ਨੇ ਕਿ ਅਸੀਂ ਭੀੜ ਬੜੀ ਛੇਤੀ ਬਣਾ ਲੈਂਦੇ ਹਾਂ, ਜੇ ਕਿਤੇ ਐਕਸੀਡੈਂਟ ਵੀ ਹੋਇਆ ਹੋਵੇ ਤੇ ਜਿਸ ਬੰਦੇ ਨੂੰ ਉੱਥੇ ਮਦਦ ਦੀ ਜਾਂ ਹਵਾ ਦੀ ਲੋੜ ਹੁੰਦੀ ਆ ਤਾਜ਼ੀ ਹਵਾ ਦੀ ਉਹਦੇ ਦੁਆਲੇ ਅਸੀਂ ਘੇਰਾ ਘਾਤਕ ਪੈ ਜਾਂਦੇ, ਜੇ ਉਹਨੇ ਬੰਦੇ ਨੇ ਬਚਣਾ ਵੀ ਹੋਵੇ ਨਾ ਤੇ ਉਹ ਉਹਦੇ 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 ਚਾਂਸ ਜਿਹੜੇ ਉਹਨੂੰ ਖਤਮ ਹੋ ਜਾਂਦੇ ਆ। ਸੋ ਸਾਡਾ ਜਿਹੜਾ ਇਹ ਇਹ ਕਲਚਰ ਆ ਨਾ ਕਿ ਜੇ ਕੋਈ ਹਸਪਤਾਲ ਚਲਾ ਗਿਆ ਤੇ ਉੱਥੇ ਜਾਣਾ ਸ਼ੁਰੂ ਕਰ ਦਿਓ, ਔਰ ਇਕੱਲਾ ਬੰਦਾ ਨਹੀਂ ਜਾਂਦਾ ਫਿਰ ਹੁਣ ਜਿਸ ਤਰ੍ਹਾਂ ਇਹਨਾਂ ਨੇ ਜਾਣਾ ਸੀ, ਜਿਹਨਾਂ ਨੇ ਇਹਨਾਂ ਦਾ ਸਾਰੇ ਅਮਲਾ ਫੈਲਾਂ ਨੇ ਵੀ ਜਾਣਾ ਸੀ, ਸਾਰਾ ਕੋਈ ਜਾਣਾ ਸੀ। ਸੋ ਹੋ ਸਕਦਾ ਹੈ ਕਿ
ਉਹਦੇ 'ਚ ਚੰਗੀ ਗੱਲ ਇਹ ਹੋਈ ਹੈ ਕਿ ਪ੍ਰਗਟ ਸਿੰਘ ਲੀਡ ਲੈ ਗਏ ਔਰ ਹੀ ਪਿਕ ਦਾ ਟਾਈਮਿੰਗ ਪਰਫੈਕਟ ਔਰ ਉੱਤੇ ਪਹਿਲੋਂ ਚਲੇ ਗਏ। ਹੋ ਸਕਦਾ ਸੀ ਕਿ ਜੇ ਪ੍ਰਗਟ ਸਿੰਘ ਨਾ ਵੀ ਜਾਂਦੇ ਤੇ ਹੁਣ ਜਿਹੜੇ ਉਦੋਂ ਬਾਅਦ ਜਿਹਦੇ ਤੁਸੀਂ ਆਉਂਦੇ ਹੋ ਕਿ ਉਹ ਲਾਈਨ ਲੱਗ ਗਈ ਸਾਰੇ ਗਏ ਨੇ ਉਹ ਇਸ ਕਰਕੇ ਗਏ ਨੇ ਕਿਉਂਕਿ ਪ੍ਰਗਟ ਸਿੰਘ ਪਹਿਲੋਂ ਗਏ ਸੀ। ਮੈਂ ਸਮਝਦਾ ਕਿ ਜੇ ਪ੍ਰਗਟ ਸਿੰਘ ਨਾ ਵੀ ਜਾਂਦੇ ਨਾ ਤੇ ਟਾਈਮਿੰਗ ਵਾਜ਼ ਆਫ ਦੀ ਐਸੈਂਸ ਕਿ ਹੁਣ ਉੱਥੇ ਸਾਰਿਆਂ ਨੇ ਜਾਣਾ ਸੀ ਔਰ ਉਹਨਾਂ ਨੇ ਜਾਣਾ ਵੀ ਸੀ। ਥੈਂਕ ਯੂ। ਬਿਲਕੁਲ ਹਾਂਜੀ ਸਰ, ਗੈਰੀ ਜੀ ਦੋ ਮਿੰਟ ਮੈਂ ਜਵਾਬ ਪ੍ਰਗਟ ਸਿੰਘ ਨੂੰ ਸਾਰੇ ਲੋਕ ਜਾਣਦੇ ਨੇ, ਐਕਚੁਅਲੀ ਟਰੂ ਪੋਲੀਟੀਸ਼ੀਅਨ ਕਹਿ ਸਕਦਾ ਮੈਂ ਇਹਨੂੰ, ਕਿਉਂਕਿ ਉਹਨੇ ਦਿਲੋਂ ਮੇਰੇ ਵਰਗਿਆ ਵੀ ਐਵੇਂ ਕਰਦਾ, ਤੁਸੀਂ ਸ਼ਾਇਦ ਕਰੋ ਕੋਈ ਚੰਗੇ ਬੰਦੇ ਆ ਜਿਹੜੇ ਵੀ ਮੈਂ ਯਾਰ ਜਾ ਕੇ ਜਾਣਾ ਹੀ ਜਾਣਾ, ਨਹੀਂ ਵੋਟ ਦੇਣਗੇ ਮੈਨੂੰ ਕੀ ਫਰਕ ਪੈਂਦਾ। ਜਿਹੜੀ ਅਪੋਜੀਸ਼ਨ ਵਾਲਾ ਬਈ ਇਹ ਤਾਂ ਹੁਣ ਬਹਾਨਾ ਮਿਲ ਗਿਆ, ਇੰਨਾ ਬੋਲੋ ਐ ਕਰ ਦੋ, ਇਹਦੇ ਤਾਂ ਇਹ ਤਾਂ ਅਪੋਜੀਸ਼ਨ ਪਾਰਟੀ ਨੀ ਆਈ, ਇਹ ਤਾਂ ਬੁਰਾ ਹਾਲ ਆ, ਉਹ ਤਾਂ ਮਰ ਗਿਆ, ਉਹ ਦੱਸਦਾ ਨੀ, ਉਹ ਤਾਂ ਉਹ ਹੋ ਗਿਆ, ਜਾਣੀ ਕਿ ਇੱਕ ਬੰਦੇ ਉਹ ਚੀਜ਼ ਬੋਲਦੇ ਰਹੇ। ਉਹੀ ਇੱਕ ਪੋਲੀਟੀਸ਼ੀਅਨ ਬੋਲ ਰਿਹਾ ਕਿ ਮੈਂ ਜਾ ਕੇ ਪੁੱਛਾਂ ਵੇਖਾਂ ਵੀ ਚੱਲ ਕੋਈ ਗੱਲ ਨੀ। ਪਰ ਪਿਸ਼ੌਰਾ ਸਿੰਘ ਦੀ ਬਿਲਕੁਲ ਗੱਲ ਠੀਕ ਹੈ, 2 ਦਿਨਾਂ ਬਾਅਦ ਬੰਦੇ ਨੇ ਠੀਕ ਹੋਣਾ ਹੀ ਹੁੰਦਾ। ਅਮਰੀਕਾ ਦੇ ਵਿੱਚ ਵੀ ਸਾਨੂੰ ਵੀ ਹੋਸਪਿਟਲ ਜਾਣਾ ਪੈਂਦਾ, ਕਦੇ ਕਦੇ ਗਲੂਕੋਸ਼ ਲਾ ਕੇ ਇਨਫੈਕਸ਼ਨ ਦੇ ਪਾ ਪੂ ਕੇ 3 ਦਿਨਾਂ ਬਾਅਦ ਬੰਦਾ ਰਿਕਵਰ ਹੋ ਜਾਂਦਾ। ਜੇ ਹੁਣ ਮੈਂ ਟੱਬਰ ਨੂੰ ਨਾ ਲੱਭਾਂ, ਮੇਰੀ ਵਾਈਫ ਨੂੰ ਪਤਾ ਹੈਗਾ ਤੇ ਮੈਂ ਹੁਣ ਜ਼ਰੂਰ ਰੌਲਾ ਪਾਉਣਾ ਫਲਾਨਾ ਸੀ, ਅਸੀਂ ਦੱਸਦੇ ਬੱਚਿਆਂ ਨੂੰ ਵੀ ਦੱਸੀਦਾ ਕਈ ਵਾਰੀ ਟਰਾਈ ਟੂ ਅੰਡਰਸਟੈਂਡ। ਜਿਹੜੀ ਪਿਸ਼ੌਰਾ ਸਿੰਘ ਨੇ ਗੱਲ ਕੀਤੀ ਆ ਵੀ ਆਲਦੇ ਲੋਕ ਖੜੇ ਹੋ ਜਾਂਦੇ, ਬੰਦਾ ਡਿੱਗ ਵੀ ਪਵੇ, ਇਹ ਇੰਡੀਆ ਦੇ ਵਿੱਚ ਇਹ ਡਰਾਮਾਬਾਜੀ। ਇੱਕ ਨਾ ਮੋਹੀ ਸਾਹਿਬ IPS ਅਫੀਸਰ ਹੁੰਦੇ ਸੀ, ਮੇਰੇ ਕੋਲ ਆਉਂਦੇ ਜਾਂਦੇ ਸੀਗੇ 98 ਦੇ ਵਿੱਚ ਬਹੁਤ ਜ਼ਿਆਦਾ, ਉਹ ਮੋਹਾਲੀ ਉਹ ਰਹਿੰਦੇ ਸੀ ਪਰੇ ਦੂਏ ਚ, ਉਹ ਮੇਰੇ ਕੋਲ ਉਹਨੇ ਆ ਜਾਣਾ ਚਲਿਆ, ਮੈਂ ਰਸਤੇ ਵੀ ਉਹਨਾਂ ਨੂੰ ਮਿਲ ਚਲੇ ਗਿਆ। ਰਸਤੇ ਵਿੱਚ ਨਾ ਕਿਤੇ ਐਕਸੀਡੈਂਟ ਹੋ ਗਿਆ, ਜਿਵੇਂ ਪਿਸ਼ੌਰਾ ਸਿੰਘ ਨੇ ਗੱਲ ਕੀਤੀ ਆ, ਥੋੜ੍ਹਾ ਹਰਪ੍ਰੀਤ ਵਰਗਾ ਵੀ ਕੋਈ ਜੰਗ ਬਾਹਰੋਂ ਗਿਆ ਹੋਇਆ, ਮੇਰੇ ਦਿਲ ਚ ਆਇਆ ਵੀ ਡਿੱਗਿਆ ਪਿਆ ਹੈਗਾ, ਭਾਜੀ ਚੱਕੀਏ। ਜੋ ਮੈਂ ਭੱਜ ਕੇ ਖੜਾਲਾ ਖੜਾਲਾ ਕਰਾਂ, ਮੈਂ ਡਰਾਈਵਰ ਨੂੰ ਕਿਹਾ ਖੜ ਕੇ ਚਲੇ ਗਏ। ਜੇ ਮੈਂ ਚੱਕਣ ਲੱਗਿਆ ਉਹਨੂੰ ਗੱਲ ਕਰਨ, ਮੇਰੇ ਤਾਂ ਸਾਰੇ ਮਗਰ ਪੈ ਗਏ। ਇਹ ਕਹਿੰਦੇ ਤੁਹਾਨੂੰ ਇਹ ਚੱਕਰ ਚ ਪਾ ਲੈਣਗੇ, ਤੁਹਾਨੂੰ ਜਾਣ ਨਹੀਂ ਦੇਣਾ ਵਾਪਸ, ਇਹ ਤੁਹਾਡੇ ਤੋਂ ਪੈਸੇ ਚਾਰਜ ਕੇ। ਜੇ ਮੈਂ ਦੱਸਿਆ ਬਹੁਤ ਗੱਲਾਂ ਦੱਸੀਆਂ, ਕਹਿੰਦਾ ਯੂ ਆਰ ਰਾਈਟ, ਦੇ ਆਰ ਰਾਈਟ, ਕਿਉਂਕਿ ਤੂੰ ਤੂੰ ਚ ਭਾਲ ਦਾ ਅਮਰੀਕਾ ਵਾਂਗੂ ਚੀਜ਼ਾਂ ਵਾਂਗੂ, ਪਰ ਉਹ ਮਾੜੀ ਗੱਲ ਹੋਈ ਆ। ਹਲਾਓਏ 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 ਹਲਾਓਏ, ਐ ਬੰਬਾਰਮੈਂਟ ਕਰਤੀ ਉਹ ਯਾਰ, ਕੈਪਟਨ ਸਾਹਿਬ ਨੂੰ ਪੁੱਛਿਆ ਤੱਕ ਨੀ, ਉਹ ਵੀ ਪਾਰਟੀ ਉੱਥੇ ਹੀ ਉਹਨੂੰ ਚੇਂਜ ਕਰਦੀ ਆ, ਸੈਂਟਰ ਤੋਂ ਹੀ ਕਰਦੀ ਆ। ਕੇਜਰੀਵਾਲ ਕਰਦਾ, ਮੈਨੂੰ ਚਾਹੇ ਕੇਜਰੀਵਾਲ ਮਾੜਾ ਹੋਏਗਾ ਬੰਦਾ, ਉਹਨੂੰ ਲੋਕ ਨਹੀਂ ਸਭ ਕਰਨਗੇ, ਨਹੀਂ ਕਰਨਗੇ ਤਾਂ ਕੋਈ ਗੱਲ ਨੀ, ਨਵਾਂ ਲੈ ਕੇ ਆ ਜਾਣਗੇ ਦਿਲ ਚ ਫਾਈਨ। ਪਰ ਇੰਨੇ ਇਸ਼ੂ ਅਸੀਂ ਇਕੱਠੇ ਕਰੀ ਜਾਂਦੇ ਹਾਂ ਵੀ ਸਾਨੂੰ ਚੰਗਾ ਹੀ ਨੀ ਲੱਗਦਾ, ਵੀ ਇਹ ਤਾਂ ਹੁਣ ਪਾਰਟੀ ਖਾਤਮਾ ਬਰਬਾਦ ਕਰਤਾ ਇਹਨੇ ਤਾਂ ਬਿਲਕੁਲ। ਆਈ ਥਿੰਕ ਬੈਟਰ ਦੈਨ ਅਦਰ ਪੀਪਲ, ਜੇ 250 ਨਿਕਲ ਜਾਣ ਉਦੋਂ ਬਾਅਦ, ਜੇ ਨਹੀਂ ਕੰਮ ਕਰਨਗੇ ਬਹਾਨੇ ਕੀਤੇ ਆ ਤਾਂ ਕੋਈ ਪਾਰਟੀ ਆਪਾਂ ਲੈ ਕੇ ਆ ਜਾਵਾਂਗੇ, ਕੋਈ ਹੋਰ ਆ ਜਾਏਗੀ। ਡੋਂਟ ਵਰੀ ਅਬਾਊਟ, ਥੈਂਕ ਯੂ ਵੈਰੀ ਮਚ, ਆਈ ਅਪਰੀਸ਼ੀਏਟ ਫੋਰ। ਪਿਸ਼ੌਰਾ ਸਿੰਘ ਜੀ ਦੀ ਗੱਲ ਨਾਲ ਸਹਿਮਤ ਹੁੰਦਿਆਂ ਹੋਇਆਂ ਵੀ ਇਸ ਕੰਟੈਕਸਟ 'ਚ ਥੋੜ੍ਹਾ ਸਹਿਮਤ ਨਹੀਂ। ਰੀਜ਼ਨ ਇਹ ਹੈ ਕਿ ਹਰ ਇੱਕ ਚੀਜ਼ ਆਈਡੀਅਲੀ ਤਾਂ ਅਸੀਂ ਠੀਕ ਹੈ ਜੋ ਆਈਡੀਅਲ ਗੱਲ ਕਰ ਰਹੇ ਨੇ, ਪਰ ਜੋ ਕਲਚਰ 'ਚ ਜਿੱਥੇ ਅਸੀਂ ਰਹਿੰਦੇ ਹਾਂ ਉਸ ਕੰਟੈਕਸਟ 'ਚ ਅਸੀਂ ਦੇਖਾਂਗੇ, ਆਲੇ ਦੁਆਲੇ 'ਚ ਆਪਾਂ ਦੇਖਾਂਗੇ, ਫਿਰ ਉੱਥੇ ਗਲਤ ਇਹ ਠੀਕ ਨਹੀਂ ਬੈਠਦੀ। ਨਾ ਮਿਲਣ ਦੇਣ, ਕੋਈ ਅੰਦਰ ਨਾ ਜਾਂਦੇ, ਪਰ ਐਡਾ ਕਰਫਿਊ ਵੀ ਨਹੀਂ ਹੁੰਦਾ ਟੋਟਲ। ਲੋਕੀ ਪੋਲੀਟੀਸ਼ੀਅਨ ਦਾ ਕੀ ਹੁੰਦਾ, ਉਹ ਆਪਣੇ ਨੰਬਰ ਬਣਾਉਣ ਵਾਸਤੇ ਨਹੀਂ ਜਾਣ ਦਿੱਤਾ ਜੀ, ਮੈਂ ਬਾਹਰੋਂ ਆ ਕੇ ਫੋਟੋ ਖਿਚਾ ਕੇ ਪਾਤਾ, ਪੋਸਟ ਪਾ ਦਿੰਦਾ। ਇੱਥੇ ਐਡਾ ਕਰਫਿਊ ਸੀ ਵੀ ਤੁਸੀਂ ਪੋਸਟ ਵੀ ਨਹੀਂ ਪਾਣੀ, ਹਾਲ ਚਾਲ ਨਹੀਂ ਪੁੱਛਣਾ, ਉੱਥੇ ਗੇੜਾ ਨਹੀਂ ਲਾਉਣਾ। ਸੋ ਇਹਨੂੰ ਆਪਾਂ ਡਿਫੈਂਡ ਕਰਨਾ ਜਿਵੇਂ ਮਰਜ਼ੀ ਕਲੀਅਰ, ਆਈ ਡੋਂਟ ਐਗਰੀ ਵਿਦ ਦੈਟ। ਤੇ ਬਾਕੀ ਗੱਲ ਇਹ ਕੀ ਹੁੰਦੀ ਹੈ ਜੀ, ਆਪਾਂ ਕੇਜਰੀਵਾਲ ਚੰਗਾ ਨਾ ਚੰਗਾ ਲੱਗਣ ਦੀ ਗੱਲ ਨਹੀਂ ਹੁੰਦੀ, ਗੱਲ ਹੈ ਕਿ ਜਦੋਂ ਅਸੀਂ ਔਨ ਮੈਰਿਟ ਉਹਦੇ ਐਕਸ਼ਨਾਂ ਤੇ ਡਿਸਕਸ ਕਰਦੇ ਵੀ ਆਹ ਦੇ ਐਕਸ਼ਨ ਆ ਆ, ਇਹੀ ਕੇਜਰੀਵਾਲ ਸੀ, ਅਸੀਂ 5 ਸਾਲ ਅਸੀਂ ਵੀ ਇਹਨਾਂ ਨਾਲ ਪੂਰਾ ਸਪੋਰਟ ਕਰਦੇ, ਉਦੋਂ ਜਦੋਂ ਸਪੋਰਟ ਕਰਦੇ ਹਾਂ ਬੰਦਾ ਥੋੜ੍ਹੀਆਂ ਬਹੁਤੀਆਂ ਗੱਲਾਂ
ਅਣਗੋਲੀਆਂ ਵੀ ਕਰਦਾ ਹੈ, ਜਿਵੇਂ ਹੁਣ ਤੁਸੀਂ ਕਹਿ ਰਹੇ ਅਸੀਂ ਵੀ ਕਰਦੇ ਰਹੇ ਹਾਂ, ਤੇ ਪਰ ਨਹੀਂ, ਹੁਣ ਉਹੀ ਹੈ ਇੱਕ ਕੇਜਰੀਵਾਲ, ਇੱਕ ਦੋ ਸੀਐਮ ਬਣਾਏ ਨੇ, ਉਹਨਾਂ ਦੋਨਾਂ ਦਾ ਵੱਡਾ ਭਰਾ ਹੈਗਾ, ਆਤਸ਼ੀ ਦਾ ਵੀ ਵੱਡਾ ਭਰਾ ਆ, ਭਗਵੰਤ ਮਾਨ ਦਾ ਵੀ ਵੱਡਾ ਭਰਾ ਆ, ਤੇ ਇਹ ਤਾਂ ਉਹਦੇ ਭੱਜੇ ਜਾਂਦੇ ਨੇ ਜਦੋਂ ਕੋਈ ਗੱਲ ਹੁੰਦੀ, ਛਿੱਕ ਵੀ ਮਾਰਦਾ, ਤੇ ਉਹ ਵੱਡਾ ਭਰਾ ਹੁੰਦੇ ਉਹਦੇ ਵੀ ਇਹਦਾ ਹਾਲ ਵੀ ਨਾ ਪੁੱਛੇ, ਟਵਿੱਟਰ ਤੇ ਕੋਈ ਪੋਸਟ ਵੀ ਪਾ ਵੀ ਵੈਲ ਵਿਸ਼ਸ ਹੀ ਦੇ ਦੇਵੇ। ਉਧਰੋਂ ਜਿਹੜੀ ਭੈਣ ਬਣਾਈ ਆਤਸ਼ੀ, ਉਹ ਤੋਂ ਪੈਲੀ ਹੱਥ ਲਵਾਉਂਦਾ, ਪਬਲਿਕਲੀ ਸ਼ਰਮ ਨੀ ਆਉਂਦੀ ਇਸ ਵਿੱਚ ਬੰਦੇ ਨੂੰ? ਸਹਿਮਤ ਹਾਂ, ਪਰ ਸਹਿਮਤ ਨਾ ਹੋ ਕੇ, ਸਹਿਮਤ ਹੋ ਕੇ ਵੀ ਮੈਂ ਸਹਿਮਤ ਨਹੀਂ, ਇਸ ਗੱਲ ਦੀ ਪਹਿਲਾਂ ਤਾਂ ਮੈਨੂੰ ਸਮਝ ਨੀ ਆਈ। ਪਰ ਸਮਝ ਮੈਂ ਤਾਂ ਇਹੀ ਕਹਿੰਦਾ, ਤੁਸੀਂ ਜਿਹਦੀ ਗੱਲ ਕੀਤੀ ਉਹ ਆਈਡਲੀ ਠੀਕ ਹੈਗੀ ਹੈ, ਵੀ ਇਸ ਚ ਏਦਾਂ ਹੁੰਦਾ, ਪਰ ਸਾਡੇ ਕਲਚਰ ਚ ਏਦਾਂ ਨਹੀਂ ਹੁੰਦਾ, ਜੋ ਹੁੰਦਾ ਉੱਥੇ ਦੀ ਮੈਂ ਗੱਲ ਕਰਦਾ। ਮੈਂ ਤੁਹਾਡੀ ਗੱਲ ਸਮਝ ਲਈ, ਹਾਂ ਉੱਥੇ ਜੋ ਹੋਇਆ ਦੈਟ ਵਾਸ ਅਨਨੈਚੁਰਲ, ਮੈਂ ਉਹਦੀ ਗੱਲ ਅਬਨੋਰਮਲ, ਮੈਂ ਤੁਹਾਡੀ ਗੱਲ ਸਮਝਦਾ, ਬਿਲਕੁਲ ਮੈਂ ਸਮਝਦਾ, ਮੈਂ ਉੱਥੇ ਆ ਰਿਹਾ। ਮੈਂ ਕਹਿੰਦਾ ਵੀ ਕਲਚਰ ਜਿਹੜਾ ਆ ਇਹ ਕੋਈ ਸਟੈਟਿਕ ਨਹੀਂ ਗਾ, ਇਹ ਵੀ ਇਵੋਲਵ ਕਰਦਾ। ਆਪਾਂ ਚੇਤਨਾ ਦੀ ਗੱਲ ਕਰਦੇ ਹਾਂ ਨਾ, ਚੇਤਨਾ ਜਿਹੜੀ ਆ ਉਹਨੇ ਸਾਡੇ ਕਲਚਰ ਨੂੰ ਵੀ ਬਦਲਣਾ। ਸਾਡਾ ਕਲਚਰ ਉਹ ਜਿਹੜਾ ਭੀੜ ਕਲਚਰ ਆ ਨਾ, ਤੇ ਉਹ ਜਿਹੜਾ ਫਾਰਮੈਲਿਟੀ ਕਲਚਰ ਆ, ਵੀ ਉਹ ਜਿਹੜਾ ਨਾ ਇਹ ਬਣਦਾ ਜਾਂਦਾ ਜੀ, ਇਹ ਉਹ ਭਾਵੇਂ ਉਹ ਗੱਲ ਠੀਕ ਹੈ ਜੀ, ਨਹੀਂ ਨਹੀਂ ਜੀ ਬਣਦਾ ਜਾਂਦਾ, ਹਸਪਤਾਲ ਜਾਣਾ ਹੀ ਜ਼ਰੂਰ ਹੈ ਜੀ, ਭਾਵੇਂ ਅਗਲਾ ਜਿਹੜਾ ਨਾ ਉਹਦਾ ਨੁਕਸਾਨ ਹੀ ਹੁੰਦਾ, ਫਿਰ ਨਹੀਂ ਜੀ ਜਾਣਾ ਚਾਹੀਦਾ, ਜਾਣਾ ਉੱਥੇ ਚਾਹੀਦਾ, ਬਣਦਾ ਬਣਦਾ ਹੈਗਾ। ਸੋ ਜੀ ਕਲਚਰ ਦੇ ਵਿੱਚ ਜਿਹੜੀਆਂ ਆਪਾਂ ਕਹਿ ਰਹੇ ਹਾਂ ਵੀ ਸਾਡੇ ਕਲਚਰ ਦੇ ਵਿੱਚ ਬੜੇ ਗੁਣ ਨੇ, ਪਰ ਇਹਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਹਨਾਂ ਨੂੰ ਅਪਡੇਟ ਕਰਨ ਦੀ ਲੋੜ ਆ। ਚੇਤਨਾ ਜਿਹੜੀ ਆ ਉਹਨਾਂ ਨੂੰ ਉਹ ਇੰਪਰੂਵ ਕਰ ਰਹੀ ਹੈ। ਸੋ ਚੇਤਨਾ ਜਿਹੜੀ ਆ ਸਾਡੇ ਕਲਚਰ ਵਿੱਚ ਵੀ ਤਾਂ ਇਫੈਕਟ ਕਰੇਗੀ ਨਾ ਚੀਮਾ ਸਾਹਿਬ। ਸੋ ਕਲਚਰ ਨੂੰ ਵੀ ਵਿੱਚ ਜੇ ਜਿਹੜਾ ਭੀੜ ਤੰਤਰ ਆ ਉਹਨੂੰ ਵੀ ਚੇਤਨਾ ਜਿਹੜੀ ਆ ਹਟਾਵੇਗੀ ਨਾ, ਵੀ ਜੇ ਹਸਪਤਾਲ 'ਚ ਚਲਾ ਗਿਆ ਬੰਦਾ ਤੇ ਕੋਈ ਆਖਰ ਨਹੀਂ ਆ ਗਈ, ਉਹ ਉੱਥੇ ਉਹਦਾ ਧਿਆਨ ਰੱਖ ਰਹੇ ਨੇ, ਉਹ ਜਦੋਂ ਠੀਕ ਹੋ ਗਿਆ ਘਰ ਆ ਜਾਏਗਾ, ਫਿਰ ਪਾ ਲਿਓ ਜੱਫੀਆਂ ਉਹਨਾਂ ਨੂੰ ਜਿੰਨੇ ਉੱਥੇ ਜਾ ਕੇ ਹਸਪਤਾਲ ਵਿੱਚ ਤੁਸੀਂ ਡਾਕਟਰਾਂ ਤੋਂ ਬਾਅਦ ਕੀ ਉਹਦੇ ਲਈ ਲੈ ਕੇ ਜਾਓਗੇ ਜਿਹਦੇ ਨਾਲ ਉਹਦੀ ਸਿਹਤ ਠੀਕ ਹੋ ਜਾਏਗੀ? ਤੁਸੀਂ ਉਹਦੀ ਸਿਹਤ ਦੇ ਵਿੱਚ ਉਹਦੀ ਉਹਦੀ ਰਿਕਵਰੀ ਦੇ ਵਿੱਚ ਵਿਘਨ ਪਾਉਣ ਚੱਲੇ ਹੋ ਕਿ ਉਹਦੀ ਮਦਦ ਕਰਨ ਚੱਲੇ ਹੋ? ਜੇ ਉਹਦੀ ਮਦਦ ਕਰਨ ਚੱਲੇ ਹੋ ਤੇ ਫਿਰ ਆਪਣੇ ਘਰ ਬੈਠੇ ਰਹੋ ਤੇ ਦੁਆ ਕਰੋ ਵੀ ਉਹ ਠੀਕ ਠਾਕ ਹੋ ਗਏ ਤੇ ਘਰ। ਮੈਨੂੰ ਇਹ ਲੱਗਦਾ ਜੇ ਉਹ ਕੱਲ ਨੂੰ ਜਿਹੜੀ ਕੁਐਸਚਨ ਅਸੀਂ ਕਰੀ ਜਾਂਦੇ ਹਾਂ ਵੀ ਕੇਜਰੀਵਾਲ ਨੇ ਬਾਦਰ ਨੀ ਕੀਤਾ, ਉਹਨਾਂ ਨੇ ਬੰਦਿਆਂ ਨੇ ਨੀ ਬਾਦਰ ਕੀਤਾ, ਉੱਪਰਲਿਆਂ ਨੇ ਨੀ ਕੀਤਾ, ਨਫਲਾਂ ਨੇ ਨੀ ਕੀਤਾ, ਜੇ ਹੋ ਸਕਦਾ ਕੱਲ ਨੂੰ ਉਹ ਸਟੇਟਮੈਂਟ ਦੇ ਦੇਣ ਤੁਹਾਡੀ ਕਿਰਪਾ ਦੇ ਨਾਲ ਵੀ ਤੁਸੀਂ ਹੁਣ ਹਟਣਾ ਹੀ ਨੀ ਇਹ ਕੁਐਸਚਨ ਕਰਨੋਂ, ਉਹ ਕੱਲ ਨੂੰ ਕੇਜਰੀਵਾਲ ਕਹਿ ਦੇਵੇ ਕਿ ਭਗਵੰਤ ਮਾਨ ਨੂੰ ਮੈਂ 4 ਵਾਰੀ ਕਾਲ ਕੀਤਾ, 2 ਵਾਰੀ ਕਹਿਤੇ ਹੀ ਮਾਈ ਬ੍ਰਦਰ, ਉਹਦੀ ਵਾਈਫ ਕਹਿ ਦੇਵੇ ਮੈਂ ਕੀਤਾ, ਫਿਰ ਸਾਡੀ ਕੀ ਰਹੇਗੀ? ਜਾਣੀ ਕਿ ਇਹੀ ਕੰਮ ਜਿਹੜੇ ਪੋਲੀਟੀਸ਼ੀਅਨਾਂ ਨੇ ਇੰਨਾ, ਜਿਹੜੀ ਅਪੋਜੀਸ਼ਨ ਪਾਰਟੀ ਹੁੰਦੀ ਆ ਨਾ, ਉਹਨਾਂ ਨੂੰ ਬੜਾ ਸੋਲਿਡ ਹੈਲਦੀ ਡਿਸਕਸ਼ਨ ਕਰਨੀ ਚਾਹੀਦੀ ਆ, ਹੈਲਦੀ ਗੱਲਾਂ ਕਰਨੀਆਂ ਚਾਹੀਦੀਆਂ ਨੇ। ਪਬਲਿਕ ਬੇਵਕੂਫ ਨਹੀਂ ਬੈਠੀ, ਉਹਨਾਂ ਨੇ ਨਹੀਂ ਵੋਟ ਪਾਉਣੀ ਤੁਹਾਨੂੰ, ਤੁਹਾਨੂੰ ਬਿਲਕੁਲ ਨਹੀਂ ਪਾਉਣੀ, ਕਿਉਂਕਿ ਉਹ ਹੁਣ ਬੰਦਾ ਬਿਮਾਰ ਬੈਠਾ, ਤੁਸੀਂ ਉਹਨੂੰ ਹੋਰ ਬਿਮਾਰ ਕਰਨ ਲੱਗੇ ਹੋ ਵੀ ਰੌਲਾ ਪਾ ਪਾ ਕੇ, ਨੰਬਰ 1। ਨੰਬਰ 2, ਉਹਦਾ ਹੋ ਸਕਦਾ ਵੀ ਉਹ 2-3 ਦਿਨ ਦਾ ਟੈਸਟ ਹੋਣੇ ਸੀ, ਉਹਨਾਂ ਨੇ ਕਿਹਾ ਹੋਣਾ ਕਿ ਨੋਬਡੀ ਸ਼ੁਡ ਕਮ ਇਨਸਾਈਡ ਦੇਅਰ, ਦੈਟਸ ਏ ਫਾਈਨ, ਵੀ ਵਿਲ ਲੁੱਕ ਆਫਟਰ ਦੈਟ। ਅਸੀਂ ਬਾਹਰੋਂ ਬੈਠੇ ਰੌਲਾ ਪਾਈ ਜਾਂਦੇ ਹਾਂ, ਹਲਾ ਹੋਏ ਹਲਾ ਹੋਏ, ਕਾਹਤੇ ਨੀ ਕੀਤਾ ਹੋਏ, ਕੀ ਹੋ ਗਿਆ ਹੋਏ, ਮਰ ਗਿਆ ਹੋਏ, ਸ਼ਰਾਬ ਪੀ ਲਈਏ, ਡਿੱਪ ਪਿਆ ਜੀ, ਇਹ ਜਹਾਜ਼ ਚੋਂ ਡਿੱਪ ਪਿਆ, ਯਾਰ ਹੱਦ ਹੋ ਗਈ, ਤੁਸੀਂ ਅਪੋਜੀਸ਼ਨ ਪਾਰਟੀ ਆ, ਯੂ ਸ਼ੁਡ ਬੀ ਵੈਰੀ ਨਾਈਸ ਈਚ ਅਦਰ। ਫਿਰ ਵੀ ਜਿਹੜਾ ਜਿਹੜਾ ਗਿਆ ਨਾ ਇੱਕ ਆਪਣੇ ਪ੍ਰਗਟ ਸਿੰਘ, ਉਹ ਇੱਕ
ਇਸ ਤਰ੍ਹਾਂ ਦੇ ਲੀਡਰ ਭਗਵੰਤ ਮਾਨ ਵੀ ਠੀਕ ਆ, ਉਹ ਵੀ ਇਮਾਨਦਾਰੀ ਤਾਂ ਹੈ ਨਾ, ਕਈਆਂ ਚ ਇਮਾਨਦਾਰੀ ਵੀ ਹੈ ਨੀ, ਤੁਸੀਂ ਕਹੋ ਨਹੀਂ ਹੈ ਇਮਾਨਦਾਰ ਚੋਰ ਆ ਤੇ ਫਾਈਨ, ਆਈ ਡੋਂਟ ਐਗਰੀ ਦੈਟ, ਬਟ ਜੇ ਜੇ ਆਹ ਆਪਣਾ ਪ੍ਰਗਟ ਆ ਜਾਵੇ, ਪ੍ਰਗਟ ਵਰਗੇ ਹੋਰ 10 ਬੰਦੇ ਆ ਜਾਣ, ਹੋ ਸਕਦਾ ਬੈਟਰ ਚੀਜ਼ ਹੋ ਜਾਵੇ ਪੰਜਾਬ, ਠੀਕ ਹੈ, ਦੈਟਸ ਫਾਈਨ, ਥੈਂਕ ਯੂ ਵੈਰੀ ਮੱਚ, ਮੈਂ ਕ੍ਰਿਟੀਸਾਈਜ਼ ਨਹੀਂ ਕਰਾਂਗਾ, ਥੈਂਕ ਯੂ ਜੀ, ਹਾਂਜੀ ਜੀ, ਮੈਂ ਸਭ ਖਤਮ ਕਰ ਦਿਓ ਜੀ, ਇੱਕ ਸੈਕਿੰਡ, ਮੈਂ ਬਸ ਅਸੀਂ ਕੋਈ ਗੱਲ ਹੈ ਨੀ, ਬਟ ਸਿਰ ਪਛੋਲ ਜੀ ਵੀ ਕਹਿੰਦੇ ਚੇਤਨਾ ਜਾਂ ਚੰਗਾ ਕਲਚਰ ਚ, ਮੈਂ ਠੀਕ ਹੈ ਬੈਗ ਨਹੀਂ ਕਰਦਾ, ਹੋਣਾ ਚਾਹੀਦਾ, ਪਰ ਜੇ ਆਪਾਂ ਸਿਰਫ ਉਹਨੂੰ ਡਿਫੈਂਡ ਕਰਨ ਵਾਸਤੇ ਹੀ ਹੈ ਲੋਜਿਕ ਲੈ ਕੇ ਆਉਣਾ, ਫਿਰ ਉੱਥੇ ਸਟੈਂਡ ਨਹੀਂ ਕਰਦਾ, ਇਹੀ ਲੋਜਿਕ ਉਹ ਬੰਦਾ ਉਹ ਆਪਣੇ ਛੋਟੇ ਭਰਾ ਨੂੰ ਨਹੀਂ ਜਾ ਸਕਦਾ, ਲਾਤਾ ਕਰਫਿਊ, ਉਹ ਇਹ ਕਹਿ ਸਕਦਾ ਸੀ ਜੇ ਤਾਂ ਸਿਚੁਏਸ਼ਨ ਅਫਵਾਹਾਂ ਆਉਂਦੀਆਂ ਜਦੋਂ ਪਾਰਟੀ ਨਹੀਂ ਬੋਲਦੀ ਕੁਛ, ਉਹ ਕਹਿੰਦੇ ਹਾਂ ਸਾਡਾ ਬੰਦਾ ਐਡਮਿਟ ਹੈ, ਉਹ ਠੀਕ ਹੋ ਕੇ ਆਜੂ, ਇੱਕ ਆਪਣਾ ਟਵਿੱਟਰ ਤੇ ਕੋਈ ਮੈਸੇਜ ਪਾ ਦੇ, ਔਰ ਉਹੀ ਜਿਹੜਾ ਇਸ ਵਾਸਤੇ ਕਲਚਰ ਚੇਂਜ ਕਰ ਰਿਹਾ, ਔਰ ਆਪਣੀ ਭੈਣ ਤੋਂ ਪਬਲੀਕਲੀ ਪੈਰੀ ਹੱਥ ਲਵਾ ਰਿਹਾ, ਆਪਣੇ ਛੋਟੇ ਭਰਾ ਨੂੰ ਜਿਹੜਾ ਉਸੇ ਵੇਲੇ ਫੋਨ ਕੀਤਾ ਸੀ ਜਾਂ ਉਦੋਂ ਤੋਂ ਉਹਦੇ ਨਾਲ ਸੰਪਰਕ ਵਿੱਚ ਸਨ ਜਾਂ ਉਹਦੀ ਉਹਦੀ ਜਿਹਨਾਂ ਜਿਹਨਾਂ ਦਾ ਬਣਦਾ ਸੀ ਉਹਨਾਂ ਨੇ ਕੀਤਾ ਸੀ, ਤੇ ਫਿਰ ਆਪਾਂ ਕੀ ਕਹੋਗੇ, ਕਿਉਂਕਿ ਇਹ ਜਿਸ ਤਰ੍ਹਾਂ ਨਾ ਕਿਹਾ ਕਿ ਇਹ ਜ਼ਰੂਰੀ ਨਹੀਂ ਵੀ ਜੇ ਤੁਸੀਂ ਕਿਸੇ ਨੂੰ ਫੋਨ ਕੀਤਾ ਜਾਂ ਕੋਈ ਗੱਲ ਕੀਤੀ ਹੈ ਤੇ ਉਹ ਤੁਸੀਂ ਯੂਟਿਊਬ ਤੇ ਵੀ ਆ ਜਾਵੇ, ਉਹ ਤੁਸੀਂ ਆਪਣੇ ਫੇਸਬੁੱਕ ਤੇ ਵੀ ਪਾ ਦਿਓ ਤੇ ਉਹ ਤੁਸੀਂ ਪ੍ਰਿੰਟ ਵਿੱਚ ਵੀ ਦੇ ਦਿਓ ਵੀ ਆਹ ਵੇਖੋ ਜੀ ਮੈਂ ਚੱਲਿਆ ਉਹਦਾ ਮੈਂ ਪਤਾ ਲੈਣ ਚੱਲਿਆ ਪਤਾ ਲੈ ਕੇ ਆ, ਇਹ ਗੱਲਾਂ ਜਿਹੜੀਆਂ ਇਹ ਹੁਣ ਕਈ ਗੱਲਾਂ ਜਿਹੜੀਆਂ ਉਹ ਝੂਠੀਆਂ ਹੋ ਗਈਆਂ, ਉਹ ਸਾਹਮਣੇ ਆ ਗਈਆਂ ਨਾ, ਤੇ ਉਹ ਲੋਕਾਂ ਨੇ ਜਿਹੜੀਆਂ ਖੰਭਾਂ ਦੀਆਂ ਡਾਰਾਂ ਬਣਾਈਆਂ ਸੀ ਉਹ ਹੁਣ ਡਿੱਗ ਪਈਆਂ ਨਾ ਥੱਲੇ, ਸੋ ਇਹ ਵੀ ਜੇ ਕੱਲ ਨੂੰ ਹੋ ਜਾਵੇ ਕੁਛ ਤੇ ਫਿਰ ਕੀ ਬਣੇਗਾ, ਸੋ ਇਹ ਇਸ ਗੱਲ ਤੇ ਤੂੰ ਮੈਂ ਤਾਂ ਇੱਥੇ ਵਿਰਾਮ ਦੇਣਾ ਚਾਹੁੰਦਾ, ਥੈਂਕ ਯੂ ਸੋ ਮਚ ਜੀ ਜੀ ਵੈਰੀ ਸਰ, ਜਿਹੜੀ ਚੇਤਨਾ ਨਾ ਚੇਤਨਾ ਮੈਂ ਇਹ ਚੀਜ਼ ਦੇਖਦਾ ਹੁਣ ਤੁਸੀਂ ਇਹ ਕੰਪੈਰੀਜ਼ਨ ਨਾ ਕਰੋ, ਅੱਜ ਤੋਂ 5 ਸਾਲ ਪਹਿਲਾਂ ਸਿਚੁਏਸ਼ਨ ਹੋਰ ਸੀ ਕਿਉਂਕਿ ਮੀਡੀਆ ਥੋੜਾ ਜਿਹਾ ਲੋਕਾਂ ਦੇ ਕਮਿਊਨੀਕੇਸ਼ਨ ਬਹੁਤ ਨੰਬਰ 1 ਹੋ ਚੁੱਕਿਆ, ਨੰਬਰ ਦੇਖੋ ਪਿੱਛੇ ਵੀ ਜਦੋਂ ਇਹ 92 ਆਏ ਆ ਜਾਂ ਪਹਿਲਾਂ ਵੀ ਆਏ ਆ ਉਹਨਾਂ ਨੇ ਬਜ਼ੁਰਗਾਂ ਨੂੰ ਨੀ ਪੁੱਛਿਆ, ਚਾਹੇ ਨੀਲੀਆਂ ਪੱਗਾਂ ਹੋਈਆਂ ਸੀ, ਮੁੰਡਿਆਂ ਨੇ ਕਿਹਾ ਡੈਡ ਨੋ, ਵੈਸੇ ਕੱਲ੍ਹ ਤੁਹਾਨੂੰ ਨਹੀਂ ਦੇਣੀ, ਦੂਏ ਰਿਪੋਰਟ ਦੇਣੀ ਆ, ਇਵੇਂ ਇਹਨਾਂ ਨੇ ਕੇਜਰੀਵਾਲ ਨੂੰ ਲੈ ਕੇ ਆਉਂਦਾ ਸੀਗਾ, ਪੰਜਾਬ ਇਜ਼ ਅ ਡਿਫਰੈਂਟ ਦੈਨ ਐਨੀ ਅਦਰ ਸਟੇਟ, ਕੀਪ ਇਨ ਮਾਈਂਡ, ਇਹ ਰਸਤਾ ਲੱਭਦੇ ਨੇ, ਇਹ ਪੈਸਾ ਵੀ ਬਰਬਾਦ ਕਰਦੇ ਨੇ, ਫਿਰ ਥੱਲੇ ਵੀ ਸੱਟ ਲੈਂਦੇ ਨੇ, ਲਾਭ ਵੀ ਦਿੰਦੇ ਆ, ਸੋ ਇਹਨਾਂ ਦੀ ਡਿਫਰੈਂਟ ਪਰਸਨੈਲਿਟੀ ਆ, ਇਹ ਲੜ ਲੁੜ ਵੀ ਪੈਂਦੇ ਨੇ, ਡਰਦੇ ਵੀ ਨਹੀਂ ਹੈ, ਸੋ ਇਹ ਸਿਸਟਮ ਆ ਇੱਥੇ ਦਾ ਪੰਜਾਬ ਦਾ, ਸੋ ਇਹਨਾਂ ਨੂੰ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਓਰਿਜਨਲ ਪਾਰਟੀ ਆ ਅਖੀਰ ਨੂੰ ਆਉਣਾ ਉਹਨੇ ਆ, ਕਿਉਂਕਿ ਕਿਸੇ ਪਾਸਿਓਂ ਕਰੀ ਜਾ 84 ਦੇਖ ਲਿਆ, ਸਾਰੇ ਦੋਨੇ ਪਾਰਟੀਆਂ ਦੇਖ ਲਈਆਂ 70-75-60 ਸਾਲ ਤੋਂ, ਉਹੀ ਸਿਸਟਮ, ਲੋਕ ਬਰਨ ਆਊਟ ਹੋ ਚੁੱਕੇ ਆ, NRI ਬਾਹਰ ਬੰਦੇ ਬੈਠੇ ਵੀ ਬਹੁਤ ਵੱਡੀ NRI ਪਾਵਰ ਆ ਬਾਹਰੋਂ, ਇਹਨਾਂ ਨਾਲ ਉੱਥੇ ਕਨੈਕਸ਼ਨ ਹੈ ਸਾਰੇ ਲੋਕਾਂ ਦੇ, ਇਕੱਲੇ ਟੌਹਰਾ ਸਾਹਿਬ ਦੇ ਬਹੁਤ ਨੇੜੇ ਰਿਹਾ ਕਿਉਂਕਿ ਮੈਨੂੰ ਟੌਹਰਾ ਸਾਹਿਬ ਸ਼ਹਾਦਤ ਦਿੰਦੇ, ਮੈਂ ਉੱਥੇ ਰਿਹਾ 2 ਸਾਲ, ਮੈਂ ਟੌਹਰਾ ਸਾਹਿਬ ਦਾ ਬਹੁਤ ਫਾਲੋਅਰ ਸੀਗਾ ਕਿਉਂਕਿ ਮੈਨੂੰ ਇਹ ਬਾਹਰ ਆ ਕੇ ਪਿੱਛੋਂ ਮੈਨੂੰ ਜ਼ਿਆਦਾ ਉਹਨਾਂ ਦੀ ਕਦਰ ਹੋਈ ਕਿਉਂਕਿ ਉਹ ਵਾਜ ਬਹੁਤ ਗ੍ਰੇਟ ਪਰਸਨ, ਜਿਹੜੀ ਰੈਲਿਟੀ ਉਹਦੇ ਵਰਗੇ ਬੰਦੇ ਕੋਈ ਆਏਗਾ, ਬਾਕੀ ਸਾਨੂੰ ਡੰਡਾ ਲੋਕ ਅਸੀਂ ਕੋਈ ਧੱਕੇ ਕੰਮ ਕਰਾਂਗੇ, ਉਹ ਫਿਰ ਲਬਨਾਨ ਚ ਕੀ ਹੋ ਰਿਹਾ, 84 ਚ ਕੀ ਹੋਇਆ, ਇਹ ਸਾਨੂੰ ਕੇਅਰਫੁਲ ਹੋ ਕੇ ਬੜੇ ਸਮਾਰਟ ਲੋਕ ਨੇ, ਇਸ ਕਰਕੇ ਇਹ ਚੀਜ਼ਾਂ ਤੋਂ ਬਚਣਾ ਪਏਗਾ, ਬਾਕੀ 92 ਬੰਦੇ ਤੁਸੀਂ ਕਹਿ ਦਿੰਦੇ ਹੋ ਕੁਦਰਤੀ ਲਹਿਰ ਚੱਲਦੀ ਸੀਗੀ, ਲੋਕਾਂ ਨੂੰ ਨੀਡ ਸੀ, ਕੋਈ ਕੰਮ ਹੀ ਅਸੀਂ ਇੰਨਾ ਖਰਾਬ ਕਰਤਾ ਸੀ ਉਹਨੂੰ ਲੈ ਆਉਂਦੇ, ਪਰ ਫਿਊਚਰ ਦੇ ਵਿੱਚ ਚੀਮਾ ਸਾਹਿਬ ਮੈਂ ਫੇਰ ਕਹਾਂਗਾ, ਮੈਂ ਕੰਪੈਰੀਜ਼ਨ ਕਰਦਾ ਜਦੋਂ UK ਨੂੰ ਯੂਰਪ ਦੇ ਨੇ ਜਾਂ ਇੱਕ ਯੂਨਾਈਟਡ ਸਟੇਟ ਆ ਕੈਨੇਡਾ, ਪੜ੍ਹਾਈ ਤਾਂ ਪੰਚਾਂ ਸਰਪੰਚਾਂ ਚ ਵੀ ਸਾਰੇ ਲਾਅ ਮੇਕਰਾਂ ਚ ਆਉਣੀ ਆਉਣੀ ਆ, ਫਿਰ ਉਹ ਫੜਨਗੇ, ਤੁਸੀਂ ਇਹ ਨੀ ਕਹਿ ਸਕਦੇ ਵੀ ਸੁਖਵੀਰ ਵੀ ਪੜ੍ਹਿਆ ਸੀ ਇਹਨੇ ਕੀ ਕਰਤਾ ਜੀ, ਫਲਾਨਾ ਵੀ ਪੜ੍ਹਿਆ ਹੋਇਆ ਸੀ ਉਹ ਵੀ ਕਰਤਾ, ਪੜ੍ਹਾਈ ਤਾਂ ਆਉਣੀ ਆਉਣੀ ਆ, ਸੋ ਜਿੰਨੇ ਲਾਅ ਮੇਕਰ ਹੋਣਗੇ ਇਹ ਪੰਜਾਬ ਦੇ ਵਿੱਚ ਚੇਂਜ ਆਏਗੀ, ਚੇਤਨਾ ਆ ਚੁੱਕੀ ਆ,
ਕਿਸਾਨ ਮੂਵਮੈਂਟ ਵੀ ਨਾਲ ਤੁਰ ਪਈ ਉਹਨਾਂ ਦੇ ਨਾਲ, ਕਿਉਂਕਿ ਲੋਕ ਲੋਕ ਭਾਲਦੇ ਨੇ ਕੋਈ ਅੱਛੇ, ਕੋਈ ਅੱਛੇ ਦੋ ਚਾਰ ਬੰਦੇ, ਚਾਹੇ ਪ੍ਰਗਟ ਵੀ ਆ, ਵੈਸੇ ਫਾਈਨ ਫਾਰ ਮੀ, ਉਹ ਜਿਹੇ ਬੰਦੇ ਪੰਜ ਸੱਤ ਵੀ ਆ ਜਾਣ, ਆਈ ਥਿੰਕ ਵਿਲ ਬੀ ਚੇਂਜ। ਥੈਂਕ ਯੂ ਵੈਰੀ ਮਚ, ਐਪਰੀਸ਼ੀਏਟ। ਥੈਂਕ ਯੂ ਸੋ ਮਚ ਜੀ। ਸਾਹਿਬ ਪਿਸ਼ੋਰਾ ਸਿੰਘ ਜੀ, ਇੱਕ ਮਿੰਟ ਲਗਾਉਣਾ ਚਾਹੁੰਦੇ ਹੋ? ਆ ਜਾਓ ਬਸ। ਨਹੀਂ ਮੈਂ ਆਈ ਥਿੰਕ ਜੀ ਸਰ ਚੀਮਾ ਸਾਹਿਬ। ਹਾਂਜੀ ਨਹੀਂ ਠੀਕ ਹੈ, ਕਹਿੰਦਾ ਪੜ੍ਹਾਈ ਦੀ, ਪੜ੍ਹਾਈ ਨੂੰ ਮੈਂ ਕਦੇ ਕੰਡੇ ਇਹ ਨਹੀਂ ਕਹਿੰਦਾ ਪੜ੍ਹਾਈ ਨਹੀਂ ਹੋਣੀ ਚਾਹੀਦੀ, ਪਰ ਮੈਂ ਕਿਹਾ ਪੜ੍ਹਾਈ ਸੋਲ ਨਹੀਂ ਹੁੰਦੀ। ਹਾਂ ਪੜ੍ਹਾਈ ਦੇ ਐਡਵਾਂਟੇਜ ਹੁੰਦੀ ਹੈ ਕਿ ਜਦੋਂ ਅਸੀਂ ਕੋਈ ਵੀ ਗੱਲ ਅਸੀਂ ਲੋਜਿਕ ਉਸ ਹਿਸਾਬ ਨਾਲ ਕੱਢ ਲੈਂਦੇ ਹਾਂ ਵੀ ਅਸੀਂ ਜਦੋਂ ਮਤਲਬ ਆਂਸਰ ਆ ਹੈਗਾ ਤੇ ਉਹਦੀ ਹੁਣ ਥੱਲੇ ਡਿਸਕ੍ਰਿਪਸ਼ਨ ਕਿਵੇਂ ਦੇਣੀ ਹੈਗੀ ਉੱਥੇ ਪਹੁੰਚਣਗੇ, ਉਹ ਰਿਜ਼ਲਟ ਪਹਿਲਾਂ ਦਿੱਤਾ ਤੇ ਪੜ੍ਹਿਆ ਲਿਖਿਆ ਬੜੇ ਸਫਿਸਟੀਕੇਟਡ ਢੰਗ ਨਾਲ ਉਹ ਐਕਸਪਲੇਨ ਕਰ ਸਕਦਾ, ਉਹ ਲੋਜਿਕ ਬਣਾ ਸਕਦਾ, ਉੱਥੇ ਚੇਤਨਾ ਵੀ ਆ ਸਕਦੀ, ਸਭ ਕੁਛ ਹੋ ਸਕਦਾ, ਅਨਪੜ੍ਹ ਬੰਦਾ ਸ਼ਾਇਦ ਉਨੀ ਚੰਗੀ ਤਰ੍ਹਾਂ ਨਹੀਂ ਕਰ ਸਕਦਾ। ਥੈਂਕ ਯੂ ਜੀ। ਬਿਲਕੁਲ ਬਿਲਕੁਲ ਜੀ, ਥੈਂਕ ਯੂ ਸੋ ਮਚ। ਦੇਖੋ ਪੜ੍ਹਾਈ ਦੀ ਵੈਲਿਊ ਆ, ਹੁਣ ਤੁਸੀਂ ਦੇਖੋਗੇ ਜਿਹੜੀ ਹੁਣ ਨਵੀਂ ਚੋਣ ਜਾਂ ਸਰਪੰਚੀ ਸਰਪੰਚੀ ਵੀ ਆ ਰਹੀ ਹੈ ਉਹਦੇ ਵਿੱਚ ਵੀ ਲੋਕ ਇਹ ਕੋਸ਼ਿਸ਼ ਕਰਦੇ ਵੀ ਕੋਈ ਯੰਗਸਟਰ ਪੜ੍ਹਿਆ ਲਿਖਿਆ ਬੰਦਾ ਉਹ ਪਿੰਡ ਦਾ ਅੱਗੇ ਆਵੇ। ਇਹ ਚੀਜ਼ ਆ ਰਹੀ ਆ, ਇਸ ਚੀਜ਼ ਨਾਲ ਸਹਿਮਤ ਹੋਣਾ ਚਾਹੀਦਾ, ਔਰ ਇਹ ਚੀਜ਼ ਆ ਰਹੀ ਆ ਕਿਉਂਕਿ ਲੋਕ ਇਹ ਨਹੀਂ ਚਾਹੁੰਦੇ ਕਿ ਜਿੱਦਾਂ ਹੁਣ ਡਿਜੀਟਲ ਸਿਸਟਮ ਅੱਗੇ ਆ ਰਿਹਾ ਉਹਨੂੰ ਸਿਸਟਮ ਨੂੰ ਆਪਾਂ ਚੱਲਣਾ ਕਿੱਦੇ ਲੈ ਕੇ ਕਿੱਦਾਂ ਚੱਲਣਾ ਕਿਸੇ ਨਾਲ, ਜੇ ਕੋਈ ਸਾਡੇ ਪਿੰਡ ਦਾ ਸਰਪੰਚ ਜਾਂ ਕੋਈ ਪੰਚ ਪੜ੍ਹਿਆ ਲਿਖਿਆ ਹੋਊਗਾ ਕੋਈ ਅਫਸਰ ਆਉਂਦਾ ਉਹਦੇ ਨਾਲ ਗੱਲ ਕਿੱਦਾਂ ਕਰਨੀ ਆ, ਉਹਨੂੰ ਕਿੱਦਾਂ ਮੋੜ ਕਰਨਾ ਔਰ ਆਪਣੇ ਪਿੰਡ ਨੂੰ ਕਿੱਦਾਂ ਡਿਜੀਟਲ ਤਰੀਕੇ ਨਾਲ ਲੈ ਕੇ ਜਾਣਾ, ਉਹ ਚੀਜ਼ਾਂ ਦੇ ਵਿੱਚ ਸੁਧਾਰ ਜਿਹੜਾ ਉਹ ਦਿਨ ਬ ਦਿਨ ਆ ਰਿਹਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਆਲ। ਓਕੇ ਜੀ, ਥੈਂਕ ਯੂ ਜੀ।